ਜਦੋਂ ਬਾਦਸ਼ਾਹ ਸਾਹਿਬ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ, ਸਾਨੂੰ ਸੋਝੀ ਬਖਸ਼ਿਸ਼ ਕਰਦੇ ਨੇ ਕਿ ਔਲ ਘਟੈ ਤੂੰ ਕਰੈ ਨਾਰੇ ਮਨ ਗੁਰਮਿਲ ਕਾਜ ਸਵਾਰੇ, ਕਿ ਤੇਰੀ ਉਮਰ ਔਲ ਤੋਂ ਪਾਪ ਉਮਰ ਦਿਨ ਤੇ ਦਿਨ ਪਲ ਘੜੀਆਂ ਘੱਟਦੀਆਂ ਜਾ ਰਹੀਆਂ ਨੇ ਅਤੇ ਮਨ ਗੁਰਮਿਲ ਕਾਜ ਸਵਾਰੇ, ਭਾਵ ਕਿ ਗੁਰੂ ਦੇ ਨਾਲ ਮਿਲ ਕੇ ਗੁਰੂ ਦੀ ਸੋਚ ਨੂੰ ਧਾਰਨ ਕਰਕੇ ਆਪਣਾ ਜੋ ਜੀਵਨ ਹੈ ਇਸਨੂੰ ਸਫਲ ਬਣਾ, ਕਿਉਂਕਿ ਜੋ ਮਰਨਾ ਹੈ ਇਹ ਕਿ ਤੈਅ ਹੈ, ਇੱਕ ਦਿਨ ਸਭ ਨੇ ਮਰਨਾ ਹੈ, ਜਾਣਾ ਇੱਕ ਦਿਨ ਸਭ ਨੇ ਹੈ। ਪਰ ਪਾਤਸ਼ਾਹ ਕਹਿੰਦੇ ਨੇ ਕਿਆ ਜਾਣਾ ਕਿਵ ਮਰੇਗੇ ਕੈਸਾ ਮਰਨਾ ਹੋਏ, ਕਿ ਸਾਡਾ ਮਰਨਾ ਕੈਸਾ ਹੋਣਾ ਚਾਹੀਦਾ ਹੈ। ਮੈਨੇ ਇਹ ਨਹੀਂ ਰੱਖਦਾ ਕਿ ਜੀਵਨ ਜਿਹੜਾ ਸਾਨੂੰ ਮਿਲਿਆ ਹੈ ਇਹ ਅਸੀਂ ਬਤੀਤ ਕਰਨਾ ਹੈ, ਮੈਨੇ ਇਹ ਰੱਖਦਾ ਕਿ ਇਸ ਜੀਵਨ ਨੂੰ ਕਿਸ ਢੰਗ ਦੇ ਨਾਲ ਬਤੀਤ ਕਰਨਾ ਹੈ। ਦੇਖੋ ਮਰਨਾ ਸਭ ਨੇ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਦੋ ਰਹਿਵਾਂ ਨਹੀਂ, ਜਿਤਨੇ ਵੀ ਆਪਾਂ ਬੈਠੇ ਹਾਂ ਕੋਈ ਇਸ ਦੀ ਵੀ ਨਹੀਂ ਕਹਿ ਸਕਦਾ ਕਿ ਮੈਂ ਨਹੀਂ ਮਰੂੰਗਾ, ਕਿਉਂਕਿ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਕਿ ਜੋ ਜਨਮ ਹੈ ਸੋ ਜਾਣੋ ਹੋਊਗਾ, ਕਿ ਜੋ ਜੰਮਿਆ ਹੈ ਇੱਕ ਦਿਨ ਮਰੇਗਾ ਨਹੀਂ। ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਜਨਮ ਤਾਂ ਮਰਨ, ਕਿ ਜੇ ਜਨਮ ਹੋਇਆ ਤੇ ਮਰੇਗਾ। ਪਰ ਉਸ ਪਿਆਰੋ ਮਰਨ ਦੇ ਅੰਦਰ ਇੱਕ ਅੰਤਰ ਹੈ ਕਿ ਸਾਡਾ ਮਰਨਾ ਕੈਸਾ ਹੋਵੇ, ਕਿਉਂਕਿ ਜਿੱਦਾਂ ਦਾ ਅਸੀਂ ਜੀਵਨ ਬਤੀਤ ਕਰਕੇ ਜਾਂਦੇ ਹਾਂ ਉਸਦੇ ਹਿਸਾਬ ਨਾਲ ਹੀ ਸਾਡਾ ਮਰਨਾ ਹੁੰਦਾ। ਦਸ ਗੁਰੂ ਸਾਹਿਬਾਨ ਸਾਨੂੰ ਜੀਵਨ ਜਿਉਣ ਦਾ ਢੰਗ ਦੱਸ ਕੇ ਗਏ ਨੇ ਕਿ ਜੀਵਨ ਕਿੱਦਾਂ ਜਿਉਣਾ, ਕਿੱਦਾਂ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਕਿੱਦਾਂ ਉਸਦੇ ਰਸਤੇ 'ਤੇ ਚੱਲਣਾ ਹੈ। ਫਿਰ ਮੈਂ ਦੁਹਰਾ ਦਿੰਦਾ ਕਿ ਮੈਨੇ ਇਹ ਨਹੀਂ ਰੱਖਦਾ ਕਿ ਤੁਸੀਂ ਕਿੰਨਾ ਚਿਰ ਜੀਓ, ਮੈਨੇ ਇਹ ਨਹੀਂ ਰੱਖਦਾ ਕਿ ਤੁਸੀਂ ਕਿੰਨੀ ਉਮਰ ਬਤੀਤ ਕੀਤੀ ਹੈ, ਮੈਨੇ ਇਹ ਰੱਖਦਾ ਕਿ ਤੁਸੀਂ ਜਿਹੜਾ ਤੁਹਾਡਾ ਜੀਵਨ ਹੈ ਇਹ ਜੀਓ ਅਤੇ ਕਿਸ ਢੰਗ ਦੇ ਨਾਲ ਜੀਵਨ ਬਤੀਤ ਕੀਤਾ ਹੈ, ਕਿੱਦਾਂ ਜੀਓ। ਇੱਕ ਰਾਜਾ ਸੀ, ਉਸਨੇ ਬੜੀ ਮਿਹਨਤ ਸ਼ੇਮ ਸ਼ਕਤ ਦੇ ਨਾਲ ਆਪਣਾ ਰਾਜ ਭਾਗ ਕਾਇਮ ਕੀਤਾ, ਕਿਉਂਕਿ ਹਰ ਇੱਕ ਬੰਦਾ ਆਪਣੇ ਜੀਵਨ ਦੇ ਅੰਦਰ ਮਿਹਨਤ ਕਰਦਾ। ਤੋ ਰਾਜਾ ਅਚਾਨਕ ਬਿਮਾਰ ਪੈ ਗਿਆ, ਬਿਮਾਰ ਹੋਣ ਦੇ ਕਾਰਨ ਉਦਾਸ ਰਹਿਣ ਲੱਗਾ ਅਤੇ ਉਹਦਾ ਵਜ਼ੀਰ ਜਿਹੜਾ ਸੀ ਬੜਾ ਸਿਆਣਾ ਸੀ, ਆਖਣ ਲੱਗਾ ਰਾਜਨ ਤੁਹਾਡੇ ਚਿਹਰੇ ਦੇ ਉੱਤੇ ਮੌਤ ਦੀ ਜਿਹੜੀ ਪਰੇਸ਼ਾਨੀ ਹੈ ਚਮਕ ਰਹੀ ਹੈ, ਮੈਨੂੰ ਸਾਫ਼ ਦਿਖਾਈ ਦਿੰਦਾ ਹੈ ਕਿ ਤੁਸੀਂ ਮੌਤ ਤੋਂ ਡਰ ਰਹੇ ਹੋ। ਪਰ ਰਾਜਾ ਨੂੰ ਤੁਸੀਂ ਬੜੀ ਲੰਬੀ ਉਮਰ ਜੀਓ ਅਤੇ ਫਿਰ ਮਰਨ ਦੇ ਵਕਤ ਤੁਹਾਡੇ ਚਿਹਰੇ ਦੇ ਉੱਤੇ ਪਰੇਸ਼ਾਨੀ, ਇਹ ਸੁਭਾਵਿਕ ਹੈ ਕਿ ਜਿਸ ਬੰਦੇ ਨੂੰ ਪਤਾ ਲੱਗ ਜਾਵੇ ਕਿ ਮੈਂ ਮਰਨਾ ਹੈ ਸੁਭਾਵਿਕ ਹੈ ਕਿ ਚਿਹਰਾ ਪਰੇਸ਼ਾਨ। ਤੋ ਰਾਜਾ ਕਹਿਣ ਲੱਗਾ ਕਿ ਵਜ਼ੀਰ ਮੈਂ ਇਸ ਕਾਰਨ ਉਦਾਸ ਨਹੀਂ ਹਾਂ ਕਿ ਮੈਂ ਮਰਨਾ ਹੈ, ਮੇਰੀ ਉਦਾਸੀ ਦਾ ਕਾਰਨ ਕੁਝ ਹੋਰ ਹੈ। ਕਹਿਣ ਲੱਗਾ ਦੱਸੋ ਫਿਰ ਕੀ ਤੁਹਾਡੀ ਉਦਾਸੀ ਦਾ ਕੀ ਕਾਰਨ ਹੈ। ਤੋ ਕਹਿਣ ਲੱਗਾ ਕਿ ਮੇਰੀ ਉਦਾਸੀ ਦਾ ਕਾਰਨ ਹੈ ਕਿ ਜੋ ਮੈਂ ਇਹ ਰਾਜ ਭਾਗ ਮਹਿਲ ਮਾੜੀਆਂ ਬਣਾਏ ਨੇ, ਕਿ ਜੋ ਮੇਰੇ ਤਿੰਨ ਪੁੱਤਰ ਨੇ ਇਹਨਾਂ ਦੇ ਵਿੱਚੋਂ ਉਹ ਕਿਹੜਾ ਰਾਇਕ ਹੋਵੇਗਾ ਜਿਸ ਨੂੰ ਮੈਂ
ਲਾਟ ਪਾ ਕੇ ਗੱਦੀ ਸੌਂਪ ਦੇਵਾਂ। ਕਿਹੜਾ ਹੋਵੇਗਾ ਤਿੰਨਾਂ ਦੇ ਵਿੱਚੋਂ ਤੂੰ ਦੱਸ ਸਕਦਾ? ਤੋ ਵਜ਼ੀਰ ਕਹਿਣ ਲੱਗਾ, ਸਾਖੀ ਮਹਾਰਾਜਨ, ਜੇ ਤੁਹਾਨੂੰ ਨਹੀਂ ਪਤਾ ਤੇ ਮੈਂ ਵੀ ਨਹੀਂ ਦੱਸ ਸਕਦਾ, ਪਰ ਹਾਂ ਇੱਕ ਫਕੀਰ ਹੈ ਜੋ ਆਪਣੀ ਪੱਛਮ ਦਿਸ਼ਾ ਦੇ ਅੰਦਰ ਰਹਿੰਦਾ ਹੈ, ਜੋ ਆਪਣਾ ਮਹਿਲ ਹੈ ਉਹ ਦੱਸ ਸਕਦਾ ਹੈ ਸ਼ਾਇਦ। ਰਾਜਨ ਕਹਿੰਦਾ ਫਕੀਰ ਨੂੰ ਬੁਲਾਓ। ਤੋ ਫਕੀਰ ਨੂੰ ਬੁਲਾਇਆ ਗਿਆ ਤੇ ਰਾਜਨ ਨੇ ਆਪਣੀ ਗੱਲ ਕੀਤੀ ਕਿ ਮੇਰੀ ਪਰੇਸ਼ਾਨੀ ਦਾ ਕਾਰਨ ਇਹ ਹੈ ਕਿ ਮੈਂ ਜੋ ਆਪਣਾ ਰਾਜ ਭਾਗ ਹੈ ਇਹ ਕਿਸ ਤਿੰਨਾਂ ਦੇ ਵਿੱਚੋਂ ਕਿਸ ਲੜਕੇ ਨੂੰ ਸੌਂਪ ਸਕਦਾ। ਉਸ ਫਕੀਰ ਨੇ ਰਾਜੇ ਦੇ ਕੰਨ ਦੇ ਵਿੱਚ ਕੋਈ ਗੱਲ ਸਮਝਾਈ ਉਹਨੂੰ ਤੇ ਰਾਜੇ ਦਾ ਜੋ ਚਿਹਰਾ ਸੀ ਇੱਕਦਮ ਖਿਲ ਗਿਆ। ਕਹਿੰਦਾ ਠੀਕ ਹੈ, ਉਹਦੇ ਤਿੰਨੇ ਪੁੱਤਰਾਂ ਨੂੰ ਕੋਲ ਬੁਲਾਇਆ, ਕਹਿੰਦਾ ਕੋਲ ਬੁਲਾਓ। ਕੋਲ ਬੁਲਾ ਕੇ ਉਹਨਾਂ ਤਿੰਨਾਂ ਨੂੰ ਸੌ ਸੌ ਮੋਹਰ ਦੇ ਦਿੱਤੀ। ਕਹਿੰਦਾ ਕਿ ਜਿਹੜੇ ਮੈਂ ਤੁਹਾਨੂੰ ਮਹਿਲ ਬਣਾ ਕੇ ਦਿੱਤੇ ਨੇ ਇਹ ਸੌ ਸੌ ਮੋਹਰ ਦੇ ਨਾਲ ਤੁਸੀਂ ਤਿੰਨਾਂ ਨੇ ਆਪਣੇ ਮਹਿਲ ਨੂੰ ਭਰਨਾ। ਵੱਡੇ ਨੂੰ ਕਹਿੰਦਾ ਤੂੰ ਆਪਣੇ ਮਹਿਲ ਨੂੰ ਭਰਨਾ, ਛੋਟੇ ਨੂੰ ਕਹਿੰਦਾ ਤੂੰ ਆਪਣੇ ਨੂੰ, ਤੇ ਵਿਚਕਾਰਲੇ ਨੂੰ ਕਹਿੰਦਾ ਤੂੰ ਆਪਣੇ ਮਹਿਲ ਨੂੰ ਭਰਨਾ। ਤੇ ਹੁਣ ਜਿਹੜਾ ਸਭ ਤੋਂ ਵੱਡਾ ਹੈ ਉਹ ਆਖਣ ਲੱਗਾ ਕਿ ਰਾਜਨ ਪਿਤਾ ਜੀ ਤੁਸੀਂ ਸੱਤਰੇ ਪੱਤਰੇ ਹੋ ਗਏ, ਉਹ ਤੁਹਾਨੂੰ ਕੀ ਗੱਲ ਕਰਨੀ ਹੈ ਕਿ ਨਹੀਂ ਕਰਨੀ, ਸੌ ਮੋਹਰ ਦੇ ਨਾਲ ਕਦੇ ਮਹਿਲ ਨਹੀਂ ਭਰਿਆ, ਐਡੇ ਵੱਡੇ ਮਹਿਲ ਦੇ ਸੌ ਮੋਹਰ। ਰਾਜਨ ਕਹਿੰਦਾ ਦੇਖੋ ਮੈਨੂੰ ਨਹੀਂ ਪਤਾ, ਮੈਂ ਤੁਹਾਡੇ ਅੱਗੇ ਸ਼ਰਤ ਰੱਖੀ ਹੈ, ਜੇ ਤੁਸੀਂ ਨਹੀਂ ਪੂਰੀ ਕਰ ਸਕਦੇ ਤਾਂ ਜਾਣੇ ਸੌ ਤੋਂ ਮੋਹਰ ਲੈ ਕੇ ਰਾਜੇ ਨੂੰ ਹੋਰ ਕਰੇਗੀ ਕਿ ਅਸੀਂ ਚੁੱਪ ਹੋ ਜਾਂਦੇ ਹਾਂ। ਸਭ ਤੋਂ ਵੱਡੇ ਨੇ ਪਹਿਲਾਂ ਸੋਚਿਆ, ਉਹ ਕਹਿਣ ਲੱਗਾ ਵੀ ਚਲੋ ਸੌ ਤੋਂ ਦੋ ਸੌ, ਦੋ ਸੌ ਪਚਾਸ ਸੌ, ਅੱਠ ਸੌ, ਸੋਲ੍ਹਾਂ ਸੌ, ਬੱਤੀ ਸੌ, ਇੱਦਾਂ ਕਰਕੇ ਮੈਨੂੰ ਭਰ ਲੈ। ਹੁਣ ਉਹ ਚਲਾ ਗਿਆ ਹੈ ਉੱਠ ਕੇ ਜਿੱਥੇ ਸੌ ਤੋਂ ਦੋ ਸੌ ਬਣਦਾ ਹੈ, ਦੋ ਸੌ ਤੋਂ ਚਾਰ ਸੌ ਬਣਦਾ ਹੈ, ਅਕਸਰ ਬੰਦਾ ਜਾਂਦਾ ਕਈ ਵਾਰ ਉੱਥੇ ਜਵਾਰ ਖਾਂਦੇ, ਜੂਆ ਖਾਂਦਾ ਜਿਹਨੂੰ ਆਪਾਂ ਕਹਿੰਦੇ ਹਾਂ। ਤੋ ਗੁਰਸਿੱਖ ਪਿਆਰੇ ਉੱਠ ਕੇ ਚਲਾ ਗਿਆ ਕਿ ਜਿਹੜੀ ਸੌ ਹੋਰ ਆਪਣੇ ਪਿਤਾ ਦੂਸਰੀ ਦਾਤ ਲੈ ਕੇ ਫਿਰ ਸ਼ਾਮ ਲੈ ਗਈ। ਸੋਚ ਸੋਚ ਕੇ ਜਿਹੜਾ ਵਿਸਤਾਰਲਾ ਹੈ ਫੈਸਲੇ ਤੇ ਪਹੁੰਚਿਆ, ਕਹਿੰਦਾ ਜਿੰਨੇ ਵੀ ਪਿੰਡ ਦੇ ਮਜ਼ਦੂਰ ਨੇ ਸਾਰਿਆਂ ਨੂੰ ਉਹਨੇ ਇਕੱਠਾ ਕੀਤਾ, ਕਹਿੰਦਾ ਇਹ ਸੌ ਮੋਹਰ ਮੇਰੇ ਕੋਲੋਂ ਲੈ ਲਵੋ ਤੇ ਜਿਤਨਾ ਵੀ ਆਪਣੇ ਨਗਰ ਦੇ ਅੰਦਰ ਸ਼ਹਿਰ ਦੇ ਅੰਦਰ ਪੂਰਾ ਕਰਕਟ ਪਿਆ ਹੈ, ਜਿਤਨੀ ਵੀ ਕੋਈ ਵਾਧੂ ਚੀਜ਼ ਪਈ ਹੈ ਤੇ ਮੇਰੇ ਮਹਿਲ ਦੇ ਅੰਦਰ ਜਮ੍ਹਾਂ ਕਰ, ਕਿਉਂਕਿ ਮੈਂ ਮਹਿਲ ਨੂੰ ਭਰਨਾ ਹੈ। ਸ਼ਰਤ ਇਹ ਹੈ ਕਿ ਤੁਸੀਂ ਮਹਿਲ ਨੂੰ ਭਰਨਾ ਹੈ ਤੇ ਜਿਹੜੀ ਸੌ ਹੋਰ ਮੈਨੂੰ ਰਾਜੇ ਵੱਲੋਂ ਪਿਤਾ ਜੀ ਵੱਲੋਂ ਮਿਲੀ ਹੈ ਮੈਂ ਉਸਨੂੰ ਤੁਹਾਡੇ ਵਿੱਚ ਵੰਡ ਦੇਣਾ, ਜਿਤਨਾ ਵੀ ਪੂਰਾ ਕਰਕਟ ਜੋ ਵਾਧੂ ਚੀਜ਼ ਮਿਲੀ ਮਹਿਲ ਦੇ ਅੰਦਰ ਜਮ੍ਹਾਂ ਕਰ ਦਿੱਤੀ ਤੇ ਮਹਿਲ ਨੂੰ ਨੰਗਾ ਤੇ ਹੁਣ ਮਹਿਲ ਛੋਟੇ ਨੇ ਵੀ ਭਰਿਆ। ਜਿਹਨੂੰ ਕਦਰ ਕੀਤਾ ਉਹ ਦਿਨ ਆ ਗਿਆ ਦੇਖਿਆ ਤੋ ਰਾਜਾ ਕਹਿੰਦਾ ਹਾਂ ਭਾਈ ਦੱਸੋ ਕਿ ਮਹਿਲ ਭਰ ਦਿੱਤੇ ਨੇ। ਤੇ ਸਭ ਤੋਂ ਵੱਡਾ ਪੁੱਤਰ ਕਹਿੰਦਾ ਕਿ ਤੁਹਾਨੂੰ ਪਤਾ ਨਹੀਂ ਕਿ ਕਿੱਦਾਂ ਜੀਵਨ ਬਤੀਤ ਕਰਨਾ ਕੀ ਗੱਲਬਾਤ ਹੈ, ਤੁਸੀਂ ਤਾਂ ਬਸ ਕਮਣੀਆਂ ਗੱਲਾਂ ਮਾਰਦੇ ਹੋ, ਸੌ ਦੇ ਨਾਲ ਕਦੇ ਮਹਿਲ ਭਰੀਦੇ ਨਹੀਂ। ਚਲੋ ਕਹਿੰਦਾ ਠੀਕ ਹੈ ਜੀ। ਵਿਚਕਾਰਲੇ ਦੀ ਵਾਰੀ ਆਈ, ਕਹਿੰਦਾ ਵੀ ਦੱਸੋ ਤੁਸੀਂ ਮਹਿਲ ਭਰ ਦਿੱਤੇ ਨੇ ਤੇ ਵਿਚਕਾਰਲਾ ਕਹਿਣ ਲੱਗਾ ਹਾਂ ਪਿਤਾ ਜੀ ਮੈਂ ਮਹਿਲ ਭਰ ਦਿੱਤਾ। ਚਲੋ ਕਹਿੰਦੇ ਫਿਰ ਦੇਖਦੇ ਹਾਂ ਚੱਲ ਕੇ। ਮਹਿਲ ਦੇ ਪਾਸ ਗਏ, ਹਜੇ ਥੋੜ੍ਹੀ ਦੂਰ ਹੀ ਨੇ ਤੇ ਬੜੀ ਦੁਰਗੰਧ ਆ ਰਹੀ ਆ। ਰਾਜਨ ਨੇ ਅੰਦਰ ਜਾ ਕੇ ਦੇਖਿਆ, ਬੂਹੇ ਦੇ ਅੱਗੇ ਜਾ ਕੇ ਦੇਖਿਆ ਤੇ ਕਹਿੰਦਾ ਕੰਬਖਤ ਏਦਾਂ ਮਹਿਲ ਭਰੀਦੇ ਨੇ, ਪੂਰੇ ਕਰਕਟ ਦੇ ਨਾਲ ਕਦੇ ਮਹਿਲ ਭਰੀਦੇ ਨੇ,
ਤੇ ਕਹਿਣ ਲੱਗਾ ਜੇ 100 ਹੋ ਦੇਖਿਆ ਕਾਕੇ ਮੈਂ ਤੇ ਉਹ ਦੇ ਅੰਦਰ ਜਾਕਰ ਦੇ ਉੱਤੇ ਨੇ ਛੋਟਾ ਪੁੱਤਰ ਦੇ ਘਰ ਆ ਕੇ ਵੀ ਮੌਤ ਇੱਥੇ ਦੇਖੀ ਕਿਵੇਂ ਪਹਿਲਾਂ
ਦੂਸਰਾ ਇੱਕ ਵਾਰੀ ਕੋਈ ਸ਼ਮਸ਼ਾਨ ਘਾਟ ਦੇ ਵਿੱਚ ਮਿਲ ਸਕੇ ਸਰੀਰ ਨੂੰ ਯਾਦ ਹੈ ਦੁਨੀਆਂ ਦਾ ਆਜ਼ਾਦੀ ਸੀ ਪਾਸੇ ਕਰਦੇ ਆ ਮਿਲਤ ਹੋ ਚੁੱਕਾ ਹੈ ਸੋਕਾਂ ਨੂੰ ਜਾਵੇਗਾ ਕਿ ਲੜਕਾਂ ਨੂੰ ਜਾਵੇਗਾ ਪਤਾ ਨਾ ਬਿਲਕੁਲ ਧਾਰਮਿਕ ਬੰਦੇ ਤੋਂ ਲੈ ਜਾਣ ਜਿੱਥੇ ਮਹੱਤਵ ਲੈ ਜਾਣ ਉਹਨਾਂ ਨੇ ਆਖਿਆ ਵੀ ਸੁਰਗ ਲੜਕਦਾ ਵਾ ਸਾਨੂੰ ਨਹੀਂ ਪਤਾ ਲੱਗਦਾ ਕਿ ਕੌਣ ਸੁਰਗਾਂ ਨੂੰ ਜਾਂਦਾ ਹੈ ਕੌਣ ਲੜਕਾਂ ਨੂੰ ਜਾਂਦਾ ਹੈ ਦੁਨੀਆਂ ਪੂਰੀ ਜਾਂਦੀ ਹੈ ਕੀ ਪਤਾ ਕੌਣ ਕਿੱਥੇ ਜਾਂਦਾ ਉਹ ਜਦੋਂ ਗੋਲੀਆਂ ਗਈਆਂ ਪਿੰਡ ਦੀ ਕਿ ਸਮਾਜ ਸ਼ਮਸ਼ਾਨ ਘਾਟ ਤੋਂ ਜਾ ਰਹੇ ਸਨ ਦਿੱਤੇ ਗਈਆਂ ਕੋਲਜੇ ਤੁਰ ਕੇ ਵਾਪਸ ਆ ਗਈਆਂ ਆ ਕੇ ਕਹਿਣ ਲੱਗੀਆਂ ਜੀ ਵੀ ਇਹ ਬੰਦਾ ਤਾਂ ਸੁਰਗਾਂ ਨੂੰ ਜਾਵੇਗਾ ਕਹਿਣ ਲੱਗੀਆਂ ਵੀ ਕਿਵੇਂ ਕਹਿੰਦੇ ਸੀ ਲੋਕ ਕਹਿੰਦੇ ਬੰਦਾ ਬਹੁਤ ਚੰਗਾ ਸੀ ਹਰ ਇੱਕ ਦੇ ਕੰਮ ਪਾਉਂਦਾ ਸੀ ਸਭ ਦਾ ਭਲਾ ਕਰਦਾ ਸੀ ਭਾਵ ਉਹ ਚੰਗੇ ਕੰਮ ਕਰਦਾ ਸੀ ਉਹਨੇ ਭਾਖਿਆ ਲੈ ਜੀ ਬਾਅਦ ਦੇ ਵਿੱਚ ਸੰਤ ਆਏ ਅਤੇ ਉਹਨਾਂ ਨੂੰ ਮਿਲੇ ਉਸ ਬੇਸਵਰ ਬੀਬੀ ਆ ਵੀ ਸਾਨੂੰ ਪਤਾ ਨਹੀਂ ਲੱਗਾ ਵੀ ਤੂੰ ਇਹ ਦੱਸਿਆ ਵੀ ਪਤਾ ਕਰੋ ਇਹ ਬੰਦਾ ਸੁਰਗ ਨੂੰ ਜਾਂਦਾ ਕਿ ਨਰਕ ਨੂੰ ਜਾਂਦਾ ਹੈ ਕਿੱਥੋਂ ਨੂੰ ਜਾਂਦਾ ਹੈ ਇਹਦਾ ਸਾਨੂੰ ਪਤਾ ਨਹੀਂ ਲੱਗਾ ਮਿਡਲ ਸਕੂਲ 'ਚ ਪੜ੍ਹਾਈ ਕੀਤੀ ਉਸ ਤੋਂ ਬਾਅਦ ਫਿਰ ਚਰਿੱਕ ਵਿੱਚ ਆ ਕੇ ਦਸਵੀਂ ਚ ਬਾਅਦ ਪਾਸ ਕਰੀ ਉਸ ਤੋਂ ਬਾਅਦ ਫਿਰ ਉੱਥੋਂ ਚੁੱਕੀ ਕੋਈ ਰਿਹਾ ਨਹੀਂ ਭੋਗ ਦੇ ਉੱਥੋਂ ਪਹੁੰਚੀ ਹੈ ਇਹੀ ਚੰਗੀਆਂ ਗੱਲਾਂ ਦੀ ਸਿਰ ਤੁਲੀ ਹੈ ਜਿਹਨਾਂ ਨੇ ਚੰਗੇ ਕੰਮ ਕੀਤੇ ਹੈ ਉਹਨਾਂ ਨੂੰ ਦੁਨੀਆ ਸਦਾ ਵਾਸਤੇ ਯਾਦ ਕਰਦੀ ਰਹਿੰਦੀ ਹੈ ਅਤੇ ਆਪਾਂ ਨੂੰ ਇੱਥੋਂ ਇਹ ਸਿੱਖਿਆ ਮਿਲਦੀ ਹੈ ਸਾਲ ਹੋਵੇਗੀ ਅਰਦਾਸ ਆਨੰਦ ਪਾਇਆ ਮੇਰੇ ਮਾਏ ਸਤਿਗੁਰੂ ਨਾਨਕ ਤੇ ਮੁੱਖ ਉੱਤੇ
Thank you.
ਬੋਲੀਆਂ ਬੋਲੀਆਂ ਦੋ ਪੰਜਾਬ ਰੁੜ ਗਏ ਸਨ। ਵੱਖ ਵੱਖ ਜਥੇਬੰਦੀਆਂ ਦੇ ਧਾਰਮਿਕ ਸੰਸਥਾਵਾਂ ਦੇ ਸਮਾਜਿਕ ਆਗੂ ਵਰਕਰੋਂ ਭੈਣੋ ਭਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਵੜ ਦਰਸ਼ਨ ਸਿੰਘ ਬਾਰੇ ਬਹੁਤਾ ਡਿਟੇਲ ਦੇ ਵਿੱਚ ਜਾਣਦੇ ਕਿਉਂਕਿ ਹਾਜ਼ਰੀ ਸਾਥੀ ਤਕਰੀਬਨ ਸਾਰੇ ਉਹਨਾਂ ਦੀ ਸ਼ਖਸੀਅਤ ਬਾਰੇ ਜਾਣਦੇ ਹੋ। ਸਾਡੀ ਦਰਸ਼ਨ ਸਿੰਘ ਦਾ ਕੱਲੇ ਪੰਜਾਬ ਹੋਵੇ ਵੀ ਵੱਖ ਵੱਖ ਜਥੇਬੰਦੀਆਂ ਜਿਹੜੀਆਂ ਪੰਜਾਬ 'ਚ ਕੰਮ ਕਰਦੀਆਂ ਟੇਲੀ ਕੌਂਸਲ ਦੇ ਅਧੀਨ ਕੰਮ ਕਰਦੀਆਂ ਜਥੇਬੰਦੀਆਂ ਉਹ ਸਾਰਿਆਂ ਦਾ ਲੀਡਰ ਸੀ ਸਮੁੱਚੀ ਕਰਤੀ ਲਹਿਰ ਦਾ ਮੈਂ ਕਹਿੰਦਾ ਲੀਡਰ ਸੀ ਕਿਉਂਕਿ ਕਾਂਗਰਸ ਨੇ ਇਹ ਠੀਕ ਹੈ ਵੀ ਪਰਿਵਾਰ ਦੇ ਸਮਾਂ ਕੋਈ ਘੱਟ ਦਿੱਤਾ ਹੋ ਸਕਦਾ ਕਾਂਗਰਸ 2002 ਦੇ ਵਿੱਚ ਰਿਟਾਇਰ ਹੋਇਆ 31-10-2002 ਅੱਜ 2018 ਹੈ ਜੇ ਥੋੜ੍ਹੇ ਜਿਹੇ ਮੁੱਦਿਆਂ ਦਾ ਜਦੋਂ ਵਪਾਰੀ ਨੇ ਕੋਈ ਜ਼ਿਆਦਾ ਹੀ ਆਉਂਦਾ ਤੇਜ ਕਰਦਾ ਉਦੋਂ ਕੁਛ ਮੌਕਾ ਛੁੱਟਿਆ ਨਹੀਂ ਤਾਂ ਅੱਜ ਤੱਕ ਭਾਵਾਂ ਮੀਂਹ ਜਾਵੇ ਜਾਂ ਢੀਲੀ ਜਾਵੇ ਜਿਹੜੇ ਦਬਾਉਣ ਮੁਲਾਜ਼ਮਾਂ ਉਹ ਤਾਂ ਕਦੇ ਛੁੱਟੀ ਲਾਉਂਦੇ ਨਹੀਂ ਪਰ ਕਾਂਗਰਸ ਦਰਸ਼ਨ ਸਿੰਘ ਨੇ ਕਦੇ ਛੁੱਟੀ ਨਹੀਂ ਕੀਤੀ ਉਹਨਾਂ ਦਾ ਸ਼ਖਸੀਅਤ ਉਹਨਾਂ ਦੀ ਇਮਾਨਦਾਰੀ ਵਾਲੀ ਜਿਹੜੀ ਬਾਹਰ ਸੀਮਤ ਸਾਰੇ ਸਾਡੇ ਕਾਫੀ ਵੱਡੀ ਗਿਣਤੀ ਸਾਡੇ ਅਫੀਸਰ ਵੀ ਇੱਥੇ ਪਹੁੰਚੇ ਹੈ ਬੜਾ ਤਕੜਾ ਪ੍ਰਭਾਵ ਸੀ ਕਾਂਗਰਸ ਦੇ ਅੰਦਰ ਪੰਨੂ ਜੀ ਪਹੁੰਚੇ ਹੈ ਸਵਾਗਤ ਕਰਦੇ ਹੈ ਬੜਾ ਤਕੜਾ ਪ੍ਰਭਾਵ ਸੀ ਉਹਨਾਂ ਦਾ ਆਮ ਤੌਰ 'ਤੇ ਕਈ ਵਾਰ ਅਫਸਰ ਜਦੋਂ ਚੰਡੀਗੜ੍ਹ ਗੱਲਾਂ ਕਰਦੇ ਹੁੰਦੇ ਆ ਕਹਿ ਦਿੰਦੇ ਹੁੰਦੇ ਸੀ ਕਿਉਂਕਿ ਜਦੋਂ ਰਿਟਾਇਰਮੈਂਟ ਤੋਂ ਬਾਅਦ ਉੱਥੇ ਸਾਡੇ ਇੱਕ ਫੱਟਾ ਹੈ ਜਿੱਥੇ ਉਹਨਾਂ ਨੇ ਜਾਣਾ ਜਾ ਕੇ ਬੈਠਣਾ ਹੁੰਦਾ ਜੀ ਫਿਰ ਅਫਸਰਾਂ ਵਿੱਚ ਬਹਿਣ ਲੱਗੇ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਆ ਵੀ ਚੰਡੀਗੜ੍ਹ ਵਿੱਚ ਬੈਠ ਕੇ ਪਾਲਸੀਆਂ ਬਣਾਉਣੀਆਂ ਇਹ ਸੀ ਮਾਮਲੇ ਅੱਜ ਸੌਖੀ ਗੱਲ ਹੈ ਪਰ ਮੋਗਾ ਡਿਊਟੀ ਬੁਲਾ ਕੇ ਦੇਖੋ ਜਦੋਂ ਫੱਟੇ ਦੇ ਕੋਲ ਦੀ ਲੰਘਦੇ ਆ ਤੇ ਤੇਲੀ ਬਣਾ ਜਾਂਦੀ ਮੇਰਾ ਕਹਿਣ ਦੇ ਭਾਵ ਕਿ ਅਫਸਰ ਸ਼ਾਹੀ ਵਿਰੁੱਧ ਇੰਨੀ ਤਕੜੀ ਪਕੜ ਸੀਗੀ ਲੀਡਰ ਬਹੁਤ ਆ ਗਏ ਮੁਲਕਾਂ ਤੋਂ ਧਾਰ ਗਏ ਵੱਖ ਵੱਖ ਜਥੇਬੰਦੀਆਂ ਦੇ ਉੱਤੇ ਹਰ ਜਗ੍ਹਾ ਬੜੇ ਲੀਡਰ ਮਿਲ ਜਾਂਦੇ ਧਾਰ ਗਏ ਪਰ ਇਸ ਤਰ੍ਹਾਂ ਦੀ ਇਮਾਨਦਾਰ ਸ਼ਖਸੀਅਤ ਨਿਰਸਵਾਰਥ ਹੋ ਕੇ ਕੰਮ ਕਰਨਾ ਜਥੇਬੰਦੀ ਨੂੰ ਸਮਰਪਿਤ ਹੋ ਕੇ ਕੰਮ ਕਰਨਾ ਇਹ ਮੈਸਾ ਮੈਂ ਕਿ ਦਰਸ਼ਨ ਸਿੰਘ ਦੇ ਹਿੱਸੇ ਆਇਆ ਮੈਂ ਆਪਣੇ ਤੌਰ ਤੇ ਮਹਿਸੂਸ ਕਰਦਾ ਸਾਡੀ ਜਥੇਬੰਦੀ ਨੂੰ ਮਾੜਾ ਵੀ ਬਣਿਆ ਹੋਇਆ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਧੰਨ ਸ਼ਹੀਦ ਪਛੱਤਰ ਸਿੰਘ ਧਾਲੀਵਾਲ ਤੋਂ ਲੈ ਕੇ ਲਗਾਤਾਰ ਇਸ ਤਰ੍ਹਾਂ ਦੇ ਸਾਥੀ ਜਿਹਨਾਂ ਨੇ ਬੜਾ ਲੰਬਾ ਸਮਾਂ ਕੰਮ ਕਰਨਾ ਸੀ ਜਥੇਬੰਦੀ ਦੇ ਵਿੱਚ ਸਾਨੂੰ ਅਗਵਾਈ ਦੀ ਲੋੜ ਸੀ ਉਹ ਸਾਡੇ ਤੋਂ ਵਾਰ ਵਾਰ ਨਿਕਲਦੇ ਰਹੇ ਵਾਰ ਵਾਰ ਸਾਡਾ ਸਾਥ ਛੱਡਦੇ ਰਹੇ ਪਰ ਜਿਹੜੇ ਇਹਨਾਂ ਦੇ ਪੂਰੇ ਪਾਏ ਆ ਸ਼ਾਹ ਸ਼ਹੀਦ ਛੱਤਰ ਸਿੰਘ ਧਾਲੀਵਾਲ ਤੋਂ ਲੈ ਕੇ ਆਉਣ ਤੱਕ ਸਾਡੇ ਲੀਡਰਾਂ ਦੇ ਉਹਨਾਂ ਦੇ ਕੁਟੁੰਬਾਂ ਦੇ ਸਦਕੇ ਹੈ ਕਿ ਅੱਜ ਵੀ ਸਾਡੀ ਜਥੇਬੰਦੀ ਮਾਣ ਨਾਲ ਕਹਿ ਸਕਦੀ ਹੈ ਕਿ ਉਹ ਜਿਹੜੀ ਇਮਾਨਦਾਰੀ ਵਾਲੀ ਪੜਕ ਹੈ ਸਾਡੀ ਜਥੇਬੰਦੀ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਮਿਹਨਤ ਕਰਦੀ ਕਹਿਣ ਦਾ ਸਾਰਾ ਕੁਛ ਸਾਡੀ ਦਰਸ਼ਨ ਸਿੰਘ
ਜਦੋਂ ਥੋੜਾ ਸਮਾਂ ਬੜੀ ਦਲੇਰੀ ਨਾਲ ਟਾਕਰਾ ਕੀਤਾ ਮਾਮਰਾ ਪਵਾਈ ਦਾ, ਜਦੋਂ ਮੁਰਲੀ ਜਾਣਾ ਉਦੋਂ ਉਹਦਾ ਭੇਦ ਬੜਾ ਸੀ, ਹਰ ਚੀਜ਼ ਦਾ ਜਿਹੜਾ ਉਹਦਾ ਡਿਸਿਪਲਿਨ ਸੀ ਉਹ ਹਰ ਬੰਦਾ ਨਹੀਂ ਕਾਇਮ ਰੱਖ ਸਕਦਾ ਜਿਸ ਤਰ੍ਹਾਂ ਦਾ। ਪਰ ਅਖੀਰ ਚਲੋ ਪਾਈ, ਪਰ ਉਹਦੇ ਵੀ ਹੌਸਲਾ ਨਹੀਂ ਛੱਡਿਆ। ਥੋੜੇ ਦਿਨ ਪਹਿਲਾਂ ਫਟਕ ਤੋਂ ਜਾ ਕੇ ਆ ਗਏ ਤਾਂ ਫਟਕ ਇਹੋ ਪ੍ਰੇਰਨਾ ਸੀ। ਥੋੜੇ ਬਹਿਣ ਹੈ ਮੇਰੇ ਠੀਕ ਹੋ ਰਿਹਾ ਆ ਰਹੇ ਤੋ, ਪਰ ਇਹਨੂੰ ਸੁਣਨਾ ਨਹੀਂ ਹੋਣ ਦੇਣਾ, ਫਟਕ ਨੂੰ ਸੁਣਨਾ ਨਹੀਂ ਹੋਣ ਦੇਣਾ। ਇੱਥੇ ਲੀਡਰ ਸਾਥੀਆਂ ਦਾ ਬੈਠਣਾ ਜ਼ਰੂਰੀ ਹੈ। ਇਸ ਕਰਕੇ ਕਿਉਂਕਿ ਅੱਜ ਜਦੋਂ ਵੀ ਕੋਈ ਸਾਥੀ ਜਾਂਦਾ ਉਹਨਾਂ ਦੇ ਦੁੱਖ ਹੁੰਦਾ ਹੈ, ਪਰਿਵਾਰ ਨੂੰ ਦੁੱਖ ਹੁੰਦਾ, ਰਿਸ਼ਤੇਦਾਰਾਂ ਨੂੰ ਦੁੱਖ ਹੁੰਦਾ, ਸਾਡੇ ਸੰਬੰਧੀਆਂ ਨੇੜਦਿਆਂ ਨੂੰ ਰਿਸ਼ਤੇਦਾਰਾਂ ਨੂੰ ਸਾਰੇ ਦੁੱਖ ਹੁੰਦਾ। ਪਰ ਜਦੋਂ ਇਹੋ ਜਿਹਾ ਸਾਥੀ ਵਿਛੜਦਾ ਕਿਉਂਕਿ ਇਹਨਾਂ ਲੋਕਾਂ ਦਾ ਪਰਿਵਾਰ ਇਕੱਲਾ ਘਰ ਤੱਕ ਸੀ, ਦਲੀਅਤ ਦਾ ਬਾਅਦ ਵੀ ਤਗੜਾ ਪਰਿਵਾਰ, ਇਕੱਲਾ ਪੰਜਾਬ ਦੇ ਵਿੱਚ ਵੀ ਬਾਹਰ ਵੀ, ਜਦੋਂ ਬਾਹਰ ਦੀਆਂ ਕਾਨਫਰੰਸਾਂ ਤੇ ਜਾਂਦੇ ਹਾਂ ਸ਼ਹਿਰ ਦੇ ਦਰਸ਼ਨ ਸਿੰਘ ਬਾਰੇ ਤਾਂ ਭੱਜ ਗਏ, ਉਹ ਟੂਟੀ ਦਾ ਜ਼ਰੂਰ ਖਿਆਲ ਆਉਂਦੇ ਆ ਕਿ ਤੁਹਾਡੇ ਇੱਕ ਦਰਸ਼ਨ ਕਿਹੜੇ ਟੂਟੀ। ਇਸ ਕਰਕੇ ਇਹਨਾਂ ਦਾ ਜਿਹੜਾ ਇਹਨਾਂ ਦਾ ਗਿਆਨ ਦਾ ਸੇਵ ਹੈ ਜਿਹੜਾ ਜਿੱਥੇ ਜਿੱਥੇ ਵੀ ਪਹੁੰਚਿਆ ਸਾਰੇ ਸਾਥੀ ਆ ਸਾਰੇ ਗੁਰਦੇ ਉੱਤੇ ਸ਼ਾਮਲ ਹੋ ਗਏ ਆ। ਫਿਰ ਉਹਦਾ ਮਨ ਵੀ ਕਰਦਾ ਕਿਉਂਕਿ ਲੰਬਾ ਸਮਾਂ ਉਹਨਾਂ ਨੇ ਉਹਦੇ ਨਾਲ ਕੰਮ ਕੀਤਾ ਹੈ, ਉਹਨਾਂ ਦਾ ਮਾਣ ਕਰਦਾ ਕਿ ਅੱਜ ਗੁਰੂ ਨੂੰ ਕੁਝ ਨਾ ਕੁਝ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਦੇ ਉੱਤੇ ਬਹਿ ਗਈ ਹੈ। ਪਰ ਮੈਂ ਮਾਫ਼ੀ ਮੰਗਦਾ ਕਿਉਂਕਿ ਕੁਛ ਸ਼ਖਸੀਅਤਾਂ ਐਸੀਆਂ ਹੁੰਦੀਆਂ ਜਿਹਨਾਂ ਨੂੰ ਸਮਾਂ ਦਿੱਤੇ ਰਹਿ ਨਹੀਂ ਸਕਦਾ, ਸਮਾਂ ਦੇਣਾ ਪੈਣਾ। ਤੁਹਾਡੇ ਗਰਮੀ ਦਾ ਮੌਸਮ ਹੈ, ਤੁਸੀਂ ਵੀ ਦੂਰ ਦੇ ਆਏ ਹੋ, ਪਰ ਮੈਂ ਮਾਫ਼ੀ ਚਾਹੁੰਦਾ ਜ਼ਿਆਦਾ ਬਾਰ ਵੀ ਆਪਾਂ ਪੰਜ ਛੇ ਪੰਜ ਚਾਰ ਬਾਰੇ ਪਾ ਕੇ ਆਪਾਂ ਸਵਾਗਤੀ ਕਰਦੇ ਹਾਂ, ਪਰ ਬੇਨਤੀ ਕਰਦੇ ਹਾਂ ਨਾਲ ਕਿ ਮਿਹਰਬਾਨੀ ਕਰਕੇ ਸਾਥ ਦਿਓ ਵੀ ਕੋਸ਼ਿਸ਼ ਕਰਨਾ ਜਾਓ ਵੀ ਜੇ ਕੋਈ ਜੋ ਵੀ ਕੰਮ ਹੈ ਤਾਂ ਕਹਿ ਨਹੀਂ ਸਕਦੇ ਮੈਂ ਇੱਧਰ ਦੀ ਵਿਭਾਗਤਾ ਕਰਦੀ ਹਾਂ। ਮੈਂ ਬਹੁਤਾ ਕਿਉਂਕਿ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਗੁਰਤਾਰ ਜਿਤੇਂਦਰ ਕਰਨੂ ਜੀ ਆਏ ਉਹਨਾਂ ਦੀ ਸਿਹਤ ਦੀ ਪ੍ਰੋਬਲਮ ਮੈਂ ਕਰਦੀ, ਅਸੀਂ ਮਹਿਸੂਸ ਕਰਦੇ ਹਾਂ ਸਿਰ ਜ਼ਿਆਦਾ ਕਹਿੰਦੇ ਕਿ ਕੋਈ ਸਾਨੂੰ ਪਤਾ ਹੈ ਉਹਨਾਂ ਦੀ ਸਿਹਤ ਦੀ ਪ੍ਰੋਬਲਮ ਹੈ, ਦੂਰ ਜਾ ਨਹੀਂ ਸਕਦੇ ਪਰ ਰਹਿ ਨਹੀਂ ਸਕਦੇ ਕਿਉਂਕਿ ਸਾਥੀ ਦਾ ਸਾਡੇ ਦਾ ਕਾਦੀ ਏਡਾ ਸੀ ਰਹਿ ਨਹੀਂ ਸਕੇ, ਬਿਮਾਰੀ ਦੀ ਹਾਲਤ ਵਿੱਚ ਨਹੀਂ ਪਹੁੰਚੇ। ਇਸ ਕਰਕੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਪ੍ਰੋਫੈਸਰ ਗੋਪਾਲ ਸਿੰਘ ਗੁੱਟਰ ਜਿਹੜੇ ਉਹਨਾਂ ਬਾਰੇ ਉਹਨਾਂ ਦੇ ਪਰਿਵਾਰਕ ਬਾਰੇ ਕਾਫੀ ਕੁਝ ਜਾਣਦੇ ਆ, ਮੈਂ ਉਹਨਾਂ ਨੂੰ ਬੇਨਤੀ ਕਰੂੰ ਆਪਦੀ ਗੱਲ ਕਹਿਣਗੇ, ਗੁਰਦਾਰੇ ਸਾਥੀਆਂ ਨੂੰ ਵੀ ਬੇਨਤੀ ਕਰੂੰ ਕਿਉਂਕਿ ਆਪਾਂ ਸਮਾਂ ਮਿਲਦਾ ਰਹਿੰਦਾ ਬੋਲਣ ਦਾ, ਪਰ ਆਪਾਂ ਥੋੜੇ ਸਮੇਂ ਦੇ ਵਿੱਚ ਆਪਦੀ ਗੱਲ ਦੀ ਜਿਹੜੀ ਹੈਗੀ ਹੈ ਉਹ ਸਮਾਪਤ ਕਰਨ ਦੀ ਕੋਸ਼ਿਸ਼ ਕਰੀਏ। ਇਹਨਾਂ ਤੋਂ ਬਾਅਦ ਮੈਂ ਬੇਨਤੀ ਕਰਦਿਆਂ ਸਾਡੇ ਜੋ ਹਾਜ਼ਰ ਹੈ ਕਾਂਗੜ ਨਿਰਮਲ ਸਿੰਘ ਧਾਲੀਵਾਲ ਜਿਹੜੇ ਸਾਡੀ ਪੰਜਾਬ ਦੇ ਵੀ ਜਨਰਲ ਸਕੱਤਰ ਹੈ, ਸਾਡੀ ਜਿਹੜੀ ਟਰਾਂਸਪੋਰਟ ਦੀ ਜਥੇਬੰਦੀ ਹੈ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਰੋਡ ਟਰਾਂਸਪੋਰਟ ਜਿਹੜੀ ਸਾਰੇ ਇੰਡੀਆ ਦੀ ਹੈ ਉਹਦੇ ਵੀ ਜਨਰਲ ਸਕੱਤਰ ਹੈ, ਉਹ ਉੱਥੇ ਹਾਜ਼ਰ ਹੈ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਉਹ ਆਪਦੀ ਗੱਲ ਕਹਿਣਗੇ। ਹੁਣ
ਪ੍ਰੋਫੈਸਰ ਗੋਪਾਲ ਸਿੰਘ ਗੋਟੂ ਜੀ ਆਪ ਦੇ ਗੱਲ ਕਰ ਇਸ ਸਮਾਜ ਦੇ ਨਰਕ ਭਾਗੋਂ ਭਾਈ ਤਾਰੂਆਂ ਦੀ ਲੜਾਈ ਵਿੱਚ ਦੋ ਹਿਤੈਸ਼ੀ ਸੋਚ ਵਾਲੇ ਉਸ ਜਰਨੈਲ ਨੂੰ ਸ਼ਰਧਾ ਦੇ ਨਾਲ ਪੇਸ਼ ਕਰਦਾ ਇਹ ਸਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਕਾਮਰੇਡ ਦਰਸ਼ਨ ਸਿੰਘ ਕੁੱਕੀ ਹੋਰਾਂ ਨੂੰ 1992 ਤੋਂ ਲੈ ਕੇ 2001 ਤੱਕ ਮੋਗੇ ਬੱਸ ਸਟੈਂਡ 'ਤੇ ਮਿਲਦਾ ਰਿਹਾ। ਮੈਂ ਵੀਲੀਅਮ ਕਾਲਜ ਦੇ ਵਿੱਚ ਇਸ ਸਮੇਂ ਪੜ੍ਹਾਉਂਦਾ ਰਿਹਾ ਔਰ ਪਿੱਛੋਂ ਮੈਂ ਦੇਸ਼ ਭਗਤ ਯਾਦਗਾਰ ਆਲ ਜਲੰਧਰ ਅਤੇ ਗੱਦੜੀ ਬਾਬਾ ਕਾਮਰੇਡ ਭਗਤ ਸਿੰਘ ਦੁਰਗਾ ਹਰ ਦੇ ਪਰਿਵਾਰ ਨਾਲ ਸੰਬੰਧਿਤ ਹੋਣ ਕਰਕੇ ਮੈਂ ਆਉਂਦਿਆਂ ਹੀ ਭਾਈ ਨਛੱਤਰ ਸਿੰਘ ਧਾਲੀਵਾਲ ਦੇ ਸਾਥੀਆਂ ਨੂੰ ਮਿਲਿਆ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਮੈਨੂੰ ਭਾਈ ਹਰਦਿਆਲ ਜੀ ਮਿਲੇ। ਇਹਨਾਂ ਦੇ ਅੱਗੇ ਭਾਈ ਬਲਵਿੰਦਰ ਸਿੰਘ ਅਤੇ ਭਾਈ ਦਰਸ਼ਨ ਸਿੰਘ ਖੁੱਕੀ ਨਾਲ ਮਿਲਾਇਆ ਅਤੇ ਮੈਂ ਅਕਸਰ ਇਹਨਾਂ ਦੇ ਦਰਸ਼ਨ ਕਰਦਾ ਰਿਹਾ, ਇਹਨਾਂ ਦੇ ਵਿਚਾਰ ਸੁਣਦਾ ਰਿਹਾ ਔਰ ਇਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦਾ ਰਿਹਾ ਕਿ ਮਾੜੇ ਕੀੜੇ ਲੋਕਾਂ ਦੀ, ਮਜ਼ਲੂਮਾਂ ਦੀ, ਲੁੱਟੇ ਪੁੱਟੇ ਜਾ ਰਹੇ ਲੋਕਾਂ ਦੀ ਕਿਸ ਤਰ੍ਹਾਂ ਹੋਣਾ ਆ, ਕਿਸ ਤਰ੍ਹਾਂ ਸਖਤੀਆਂ ਦਾ ਸਾਹਮਣਾ ਕਰਨਾ ਔਰ ਜਿਹਨਾਂ ਦਿਨਾਂ 'ਚ ਮੈਂ ਇਹਨਾਂ ਲੋਕਾਂ ਨੂੰ ਮਿਲਿਆ ਉਸ ਵੇਲੇ ਕਾਮਰੇਡ ਹੋਣਾ ਮੌਤ ਨੂੰ ਆਵਾਜ਼ ਨਾਲ ਵਰਗੀ ਗੱਲ ਸੀ, ਪਰ ਇਹ ਉਸ ਸਮੇਂ ਵੀ ਸੀਸ ਅੜੀ ਦੇ ਧਰ ਕੇ ਆਪਣੇ ਲੋਕਾਂ ਦੇ ਨਾਲ ਜੁੜੇ ਰਹੇ, ਆਪਣੇ ਲੋਕਾਂ ਨਾਲ ਖੜ੍ਹੇ ਰਹੇ। ਇਹਨਾਂ ਇੰਨੀਆਂ ਮਹਾਨ ਹਸਤੀਆਂ ਨੂੰ ਜਦੋਂ ਕਦੇ ਮੌਕਾ ਮਿਲੇ ਨਤਮਸਤਕ ਹੋ ਕੇ ਇਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਗੁਰੂ ਨਾਨਕ ਸਾਨੂੰ ਇੱਕ ਉਪਦੇਸ਼ ਦੇ ਕੇ ਗਏ ਆ, ਇੱਕ ਨਿਰਦੇਸ਼ ਦੇ ਕੇ ਗਏ ਆ ਕਿ ਜਿਹੜੇ ਮਲਕ ਭਾਗੋ ਆ ਇਹ ਆਪਣੇ ਕੁਝ ਨਹੀਂ ਲੱਗਦੇ, ਇਹਨਾਂ ਦੀ ਲੁੱਟ ਦਾ ਸ਼ਿਕਾਰ ਜਿਹੜੇ ਭਾਈ ਲਾਲੋ ਆ ਸਾਨੂੰ ਉਹਨਾਂ ਨਾਲ ਹੋਣਾ ਚਾਹੀਦਾ। ਅਤੇ ਭਾਈ ਕਾਮਰੇਡ ਦਰਸ਼ਨ ਸਿੰਘ ਕੁੱਕੀ ਹੋਈ ਸਾਰੀ ਉਮਰ ਗੁਰੂ ਨਾਨਕ ਦੇ ਦੱਸੇ ਇਸ ਮਾਰਗ 'ਤੇ ਚੱਲਦੇ ਰਹੇ ਔਰ ਉਜੜਾ ਮੁੱਖ ਲੈ ਕੇ ਗਏ ਆ, ਸੱਚੇ ਮਾਰਗ 'ਤੇ ਚੱਲੇ ਅਤੇ ਉਜੜਾ ਮੁੱਖ ਲੈ ਕੇ ਗਏ ਆ। ਇਸ ਕਰਕੇ ਉਸ ਮਹਾਨ ਹਸਤੀ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦਾ, ਮੈਂ ਬਹੁਤ ਆਪਣੇ ਆਪ 'ਚ ਵਿਸਮਾਦਤ ਮਹਿਸੂਸ ਕਰਦਾ, ਭਾਵੇਂ ਕਿ ਦੁੱਖ ਦੀ ਘੜੀ ਆ। ਇਸ ਪਰਿਵਾਰ ਦੇ ਨਾਲ ਆਪਾਂ ਸਾਰਾ ਦੁੱਖ ਸਾਂਝਾ ਕਰਨ ਆਏ ਹਾਂ, ਪਰ ਇਸ ਪਰਿਵਾਰ ਨੂੰ ਇੱਕ ਇੰਨੀ ਮਾਨਸਿਕ ਸ਼ਕਤੀ ਵੀ ਹੋਊਗੀ ਕਿ ਉਸ ਘਰ ਦਾ ਨਾਇਕ ਦੁਨੀਆਂ ਦੇ ਘਰ 'ਚ ਰੋਸ਼ਨੀ ਮੰਨਦਾ ਗਿਆ। ਆਪਣੇ ਲਈ ਸਾਰੇ ਲੋਕ ਕਹਿੰਦੇ ਆ, ਭਾਈ ਜੀ ਕਹਿ ਰਹੇ ਸੀ ਕਿ ਜ਼ਿੰਦਗੀ ਦੇ ਦੋਨੋਂ ਸਿਰੇ ਬੰਦੇ ਨੇ ਆਪਣੇ ਹੱਥ ਵਸ ਲਈਏ, ਨਾ ਬੰਦਾ ਆਪਣੀ ਖੁਸ਼ੀ ਨਾਲ ਦੁਨੀਆਂ 'ਤੇ ਆਉਂਦਾ ਹੈ ਨਾ ਆਪਣੀ ਖੁਸ਼ੀ ਨਾਲ ਜਾਂਦਾ, ਪਰ ਉਹਦੇ ਦਰਮਿਆਨ ਦਾ ਸਾਰਾ ਸਮਾਂ ਬੰਦੇ ਦਾ ਆਪਣਾ ਹੁੰਦਾ। ਉਹਨੇ ਦੇਖਣਾ ਹੁੰਦਾ ਕਿ ਉਹਨੇ ਇਸ ਸੰਸਾਰ ਵਿੱਚ ਲੋਕਾਂ ਦੇ ਕੰਮ ਆ ਕੇ, ਦੁਖੀਆਂ ਮਜ਼ਲੂਮਾਂ ਦੇ ਕੰਮ ਆ ਕੇ ਉਜੜਾ ਮੁੱਖ ਲੈ ਕੇ ਜਾਣਾ ਕਿ ਕਲੰਕ ਹੋ ਕੇ ਜਾਣਾ ਹੈ। ਸੋ ਜਿਹੜੇ ਇਸ ਤਰ੍ਹਾਂ ਦੇ ਲੋਕ ਸੇਵਕ ਨੇ ਇਹਨਾਂ ਅੱਗੇ ਸਤਿਕਾਰ ਭੇਟ ਕਰਨਾ ਬਹੁਤ ਖੁਸ਼ੀ ਦਾ ਅਵਸਰ ਹੁੰਦਾ ਹੈ। ਮੈਂ ਆਪਣੇ ਵੱਲੋਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਵੱਲੋਂ ਅਤੇ ਮੇਰੇ ਵੀਰ ਹਰਮਨ ਆਏ ਨੇ ਇੰਡੋਜ਼ ਤੋਂ, ਆਸਟ੍ਰੇਲੀਆ ਬ੍ਰਿਸਬੇਨ ਤੋਂ, ਉੱਥੋਂ ਉਹਨਾਂ ਦੇ ਸਾਥੀਆਂ ਨੇ ਮੈਨੂੰ ਆਪਣਾ ਨੁਮਾਇੰਦਾ ਬਣਾ ਕੇ ਵੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਵਿੱਚ ਸ਼ਾਮਿਲ ਹੋਣ ਦਾ ਨਿਰਦੇਸ਼ ਦਿੱਤਾ ਸੀ। ਮੈਂ ਇਸ ਵਕਤ ਇਸ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਸੰਵੇਦਨਾ ਨੂੰ ਵਿਅਕਤ ਕਰਦਾ ਅਤੇ ਨਾਲ ਆਈ ਸਾਧ ਸੰਗਤ ਨੂੰ ਇਹ ਕਹਿੰਦਾ ਹੈ ਕਿ ਜੇ ਅਸੀਂ ਇਹੋ ਜਿਹੇ ਮਹਾਂ ਡਾਕਟਰ ਤੋਂ ਰੋਸ਼ਨੀ ਲੈ ਕੇ ਦੁਨੀਆਂ ਵਿੱਚ ਕਿਸੇ ਗਰੀਬ ਦੇ, ਕਿਸੇ ਮਜ਼ਲੂਮ ਦੇ, ਕਿਸੇ ਲੁੱਟੇ ਜਾ ਰਹੇ, ਕਿਸੇ ਜ਼ੁਲਮ ਦਾ ਸਰਕਾਰ ਦੇ ਕੰਮ ਆ ਸਕੀਏ, ਅਤੇ ਤਾਂ ਹੀ ਸਾਡਾ ਇਸ ਦੁਨੀਆਂ 'ਤੇ ਆਉਣਾ ਜਿਹੜਾ ਆ ਉਹਦਾ ਕੋਈ ਹੱਕ ਆ, ਤਾਂ ਹੀ ਸਾਡਾ ਦੁਨੀਆਂ 'ਤੇ ਆਉਣਾ ਸਾਰਥਕ ਆ। ਜੇ ਅਸੀਂ ਧੰਨ ਦੌਲਤ ਕਮਾਉਂਦੇ ਰਹੇ ਅਤੇ ਕਮਾ ਕੇ ਛੱਡ ਗਏ ਅਤੇ ਪਿੱਛੇ ਪਰਿਵਾਰ ਵਿੱਚ ਉਸ ਧੰਨ ਦੌਲਤ ਦੀ ਵਜ੍ਹਾ ਕਰਕੇ ਕਲੇਸ਼ ਹੋ ਗਏ ਅਤੇ ਉਹਨੇ ਸ਼ਰਾਬ ਦੇ ਵਪਾਰੀ ਨੂੰ ਛੱਡੇ ਸੀ, ਉਹਨਾਂ ਨੂੰ ਆਪਸ ਵਿੱਚ ਲੜ ਲੜਕੇ ਕਰ ਗਏ ਅਤੇ ਕੋਈ ਫਾਇਦਾ ਨਹੀਂ ਤਾਂ ਘਰ ਭਾਵੇਂ ਗਰੀਬੀ ਰਹਿ ਜਾਵੇ। ਗਰੀਬੀ ਬਹੁਤ ਵੱਡੀ ਸਿੱਖਿਆ ਦਾ ਇਹ ਬਹੁਤ ਵੱਡਾ ਵਿਦਿਆਲਿਆ ਹੈ। ਜਿਹੜੇ ਬੰਦੇ ਨੇ ਗਰੀਬੀ ਦਾ ਅਨੁਭਵ ਕੀਤਾ ਹੈ ਉਹ ਤਾਂ ਬਹੁਤ ਵੱਡਾ ਗਿਆਨੀ ਬਣ ਗਿਆ, ਪਰ ਜਿਹੜੇ ਬਜ਼ੁਰਗ ਆਪਣੇ ਬੱਚਿਆਂ ਨੂੰ ਨਜਾਇਜ਼ ਤੌਰ 'ਤੇ ਨਜਾਇਜ਼ ਤਰੀਕੇ ਨਾਲ ਮਾਇਆ ਕਮਾ ਕੇ ਲੈ ਕੇ ਜਾਂਦੇ ਆ, ਉਹ ਆਪਣੇ ਬੱਚਿਆਂ ਦੇ ਘਰਾਂ ਵਿੱਚ ਕਲੇਸ਼ ਪੀ ਕੇ ਜਾਂਦੇ। ਅੱਜ ਇਸ ਮੌਕੇ 'ਤੇ ਮੈਂ ਕਾਮਰੇਡ ਹੋਣਾ ਅਤੇ ਉਹਨਾਂ ਸਾਰੇ ਸਾਥੀਆਂ ਨਾਲ ਵੀ ਸਬਕ ਸਾਂਝਾ ਕਰਦਾ ਜਿਹਨਾਂ ਨੇ ਉਹ ਸੱਜੀ ਬਾਹ ਪੜ ਕੇ ਲੜਦੇ ਰਹੇ, ਅਤੇ ਗੁਰੂਆਂ ਦਾ ਮੈਂ ਅੱਗੇ ਅਰਦਾਸ ਕਰਦਾ ਕਿ ਇਸ ਮੌਕੇ 'ਤੇ ਸਾਰੇ ਪਰਿਵਾਰ ਨੂੰ ਇਸ ਸਦਮੇ ਨੂੰ ਬਰਦਾਸ਼ਤ ਕਰਨ ਦਾ, ਸਾਰੇ ਸਾਥੀਆਂ ਨੂੰ ਇਸ ਸਦਮੇ ਨੂੰ ਬਰਦਾਸ਼ਤ ਕਰਨ ਦੇ ਤਾਂ ਬਲ ਦੇਣ ਅਤੇ
ਇੰਡੋਰ ਵੱਲੋਂ ਹਰਮਨ ਵਾਸਤੇ ਇੱਕ ਪ੍ਰਗਤੀ ਉਹਨਾਂ ਨੇ ਭੇਜੀ ਹੈ। ਮੈਂ ਚਾਹੂੰਗਾ ਕਿ ਹਰਮਨ ਲਾਵੇ ਅਤੇ ਮੈਂ ਨਾਲ ਚਾਹੂੰਗਾ ਕਿ ਕਾਮਰੇਡ ਹਰਦਿਆਲ ਵੀ ਨਾਲ ਰਹੇ ਹੋਣ ਅਤੇ ਅਸੀਂ ਕਾਕੇ ਉਹਨਾਂ ਦੇ ਕਾਕੇ ਨੂੰ ਪ੍ਰਸਤਾਵ ਦੇ ਮਾਏ ਕਿਸਾਨ ਲੋਕ ਭੇਜਿਆ ਸਾਰੀਆਂ ਲੜਾਈਆਂ
ਕਾਮਰੇਡ ਸ਼ਕਰ ਧਾਲੀਵਾਲ ਦੇ ਨਾਲ ਜਾਂ ਬਾਕੀ ਸਾਰੀ ਲੀਡਰਸ਼ਿਪ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰੇ ਹੀ ਅੱਗੇ ਹੋ ਕੇ ਜੋਖਮ ਮੁੱਲ ਲੈ ਕੇ ਉਸ ਲੜਾਈ ਦੇ ਵਿੱਚ ਹਿੱਸਾ ਪਾਇਆ ਤਾਂ ਲੜਾਈਆਂ ਜਿੱਤੀਆਂ। ਦਰਸ਼ਨ ਉਹ ਬੰਦੀ ਸੀ ਜਿਹੜਾ ਸੌਖੇ ਰਾਹ ਦਾ ਬੰਦੀ ਨਹੀਂ ਸੀ। ਔਖੇ ਪਿੰਡਾਂ 'ਤੇ ਤੁਰਨਾ ਉਹਦਾ ਸ਼ੌਕ ਸੀ, ਸਿੱਟੇ ਕੱਢਣਾ ਉਹਦਾ ਇਰਾਦਾ ਸੀ, ਦ੍ਰਿੜ ਇਰਾਦਾ ਵੀ ਸਿੱਟਾ ਕਿਵੇਂ ਕੱਢਣਾ ਕਿਸ ਗੱਲ ਦੇ ਪਿੱਛੇ ਪੈ ਗਏ। ਦੋ ਵੰਡ ਹੈ ਸਾਡੀ ਸਮਾਜ ਦੀ, ਇੱਕ ਲੁੱਟਣ ਵਾਲੇ ਲੋਕ ਨੇ ਕੁੱਟੀ ਭਰ, ਇੱਕ ਵੱਡੇ ਜਨ ਸਮੂਹ ਨੇ ਜਿਹਨਾਂ ਦੀ ਰੋਜ਼ ਲੁੱਟ ਹੁੰਦੀ ਹੈ, ਚਾਹੇ ਉਹ ਕਿਸਾਨ ਹੈ, ਮਜ਼ਦੂਰ ਹੈ, ਖੇਤ ਮਜ਼ਦੂਰ ਹੈ, ਵਿਦਿਆਰਥੀ ਹੈ, ਹਰ ਵਰਗ ਛੋਟਾ ਦੁਕਾਨਦਾਰ ਹੈ, ਉਹਨਾਂ ਦੀ ਰੋਜ਼ ਲੁੱਟ ਹੋ ਰਹੀ ਹੈ। ਡੇ ਬਾਈ ਡੇ ਗਰੀਬ ਹੁੰਦੇ ਜਾ ਰਹੇ ਉਹਨਾਂ ਦੀ ਜੇਬਾਂ ਅੱਗ ਸੀ ਵੀ ਲੁਟੇਰਾ ਨਿਜ਼ਾਮ ਖਤਮ ਕਰਨਾ। ਸੌਖਾ ਰਾਹ ਤੁਰਨ ਵਾਸਤੇ ਹਕੂਮਤੀ ਪਾਰਟੀਆਂ 'ਚ ਸ਼ਾਮਲ ਹੋਇਆ ਜਾ ਸਕਦਾ, ਬੜਾ ਸੌਖਾ ਕੰਮ ਹੈ। ਅਸੀਂ ਦੇਖਦੇ ਹਾਂ ਜਿੱਦਾਂ ਚੌਧਰਾ ਵਾਸਤੇ ਲੋਕ ਬੜੇ ਢੰਡੇ ਬਾਣੇ ਕਰਦੇ ਨੇ, ਉਹ ਬੜਾ ਸੌਖਾ ਵੀ ਕੰਮ ਹੈ। ਹਕੂਮਤਾਂ ਦੇ ਨਾਲ ਮੱਥਾ ਲਾ ਕੇ ਉਹਨਾਂ ਦੇ ਦੁਸ਼ਵਾਰੀ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਨੂੰ ਉਜਾਗਰ ਕਰਨਾ ਔਰ ਲੋਕਾਂ ਦੀ ਲੜਾਈ ਵਿੱਚ ਸ਼ਾਮਲ ਹੋ ਕੇ ਟੱਕਰ ਲੈਣਾ, ਇਹ ਰਾਜਿਆਂ ਨੇ ਸੱਚੇ ਸੁੱਚੇ ਇਨਸਾਨ ਹੀ ਕਰ ਸਕਦੇ ਨੇ ਜਿਹਨਾਂ ਦੇ ਰਸਤੇ ਮਾੜੇ ਚੁਣੇ ਹੋਣ, ਜਿਹਨਾਂ ਦੇ ਅੰਦਰ ਇਹ ਹਾਸਲ ਹੋਵੇ ਮੈਂ ਵੀ ਤੁਹਾਨੂੰ ਗੱਲ ਇਕੱਠੀ ਕਰਨੀ ਆ, ਉਹ ਇਸ ਰਾਹ 'ਤੇ ਨਹੀਂ ਤੁਰ ਸਕਦਾ। ਇੱਕ ਮਿਸਾਲ ਉੱਭਰ ਦੀ ਉੱਭਰ ਜ਼ਿੰਦਗੀ ਦੇ ਮੰਦਰ ਇੱਕ ਭੈਣਾਂ ਕੀਤੀਆਂ ਹੁੰਦੀਆਂ ਨੇ ਜਿਹੜੀਆਂ ਹਮੇਸ਼ਾ ਚੇਤੇ ਰਹਿੰਦੀਆਂ। ਅੱਜ ਬਹੁਤ ਰੌਲਾ ਪੁਰਾਣੀ ਟਰਾਂਸਪੋਰਟ ਦਾ ਮਾਫੀਆ, ਪੁਰਾਣੇ ਵੱਡੇ ਪਰਿਵਾਰ ਦਾ ਮਾਫੀਆ, ਤਾਂ ਕੋਈ ਝਾੜ ਨਹੀਂ ਸਕਦਾ, ਉਹ ਤਾਂ ਬੰਦਾ ਖਤਮ ਕਰਨ ਵਾਲੇ ਸ਼ਾਮ ਨੂੰ ਜਿਹੜਾ ਆਵਾਜ਼ ਕੱਢੇ। ਪਰ ਮੈਂ ਫਖਰ ਨਾਲ ਕਹਿੰਦਾ ਇੱਕ ਰੱਤੀ ਬਾਰੇ ਵਿੱਚ ਵਧਾ ਕੇ ਕੀਤੀ ਹੋਈ ਗੱਲ ਨਹੀਂ ਕਿ ਜੇ ਇਹ ਕਹਿ ਦਿੱਤਾ ਜਾਵੇ ਮੈਂ ਸਾਰਾ ਪੰਜਾਬ ਨਹੀਂ ਕਹਿੰਦਾ, ਫਰੀਦਕੋਟ ਦਾ ਮੋਗੇ ਦਾ ਆਲਾ ਦੁਆਲਾ ਜਗਰਾਉਂ ਤੱਕ ਜਿੱਥੇ ਹਕੂਮਤੀ ਪਰਿਵਾਰਾਂ ਦੀਆਂ ਟਰਾਂਸਪੋਰਟਾਂ ਚੱਲਦੀਆਂ ਨੇ ਅਤੇ ਇਹ ਖਿੱਤਾ ਲਿਬਰੇਟ ਸੀ, ਮੈਂ ਸਮਝਦਾ ਆਜ਼ਾਦ ਸੀ ਇਹ ਖਿੱਤਾ ਜਿੱਥੇ ਹਕੂਮਤੀ ਪਰਿਵਾਰਾਂ ਦੀਆਂ ਗੱਡੀਆਂ ਨਜਾਇਜ਼ ਨਹੀਂ ਚੱਲ ਸਕਦੀਆਂ ਸੀ, ਕਿਸੇ ਦਾ ਟਾਈਮ ਨਹੀਂ ਖਾ ਸਕਦੀਆਂ ਸੀ, ਟਾਈਮ ਟੇਬਲ 'ਚ ਹੇਰਾਫੇਰੀ ਨਹੀਂ ਕਰ ਸਕਦੀਆਂ ਸੀ ਅਤੇ ਕਿਸੇ ਸਰਕਾਰੀ ਟਰਾਂਸਪੋਰਟ ਦੇ ਮੁਲਾਜ਼ਮ ਨਾਲ ਧੱਕਾ ਨਹੀਂ ਕਰ ਸਕਦੇ ਸੀ। ਅਤੇ ਉਹਨਾਂ ਪਰਿਵਾਰਾਂ ਦੀ ਹਦਾਇਤ ਸੀ ਵੀ ਟੁੱਟੀ ਨਾਲ ਕਰਦਾਨਾ ਜਿਹੜਾ ਸਾਰੇ ਪੰਜਾਬ 'ਚ ਤਾਰੀ ਮੰਨਦੀ ਇਹ ਕੀਤਾ ਦਰਸ਼ਨ ਟੁੱਟੀ ਨੇ। ਹਕੂਮਤੀ ਪਰਿਵਾਰ ਅੰਦਾਜ਼ਾ ਲਾ ਲਓ ਵੀ ਦਰਸ਼ਨ ਦਾ ਇੱਕ ਛੋਟੇ ਜਿਹੇ ਬੰਦੇ ਦਾ ਜਿਹਦੀ ਛੋਟਾ ਇਹ ਨਹੀਂ ਵੀ ਬੰਦਾ ਮਨੁੱਖ ਦੇ ਤੌਰ 'ਤੇ ਛੋਟਾ ਸੀ, ਉਹਦੀ ਬਿੱਲੀ ਹੈਸੀਅਤ ਕੀ ਸੀ, ਉਹ ਕਿੰਨੇ ਕੁ ਮਰਬਿਆਂ ਦਾ ਮਾਲਕ ਸੀ, ਕਿੰਨੀ ਦੌਲਤ ਦਾ ਮਾਲਕ ਸੀ, ਪਰ ਉਹ ਤੋਂ ਹਕੂਮਤੀ ਪਰਿਵਾਰ ਦੀ ਕੋਲ ਕੰਮਦੇ ਸੀ, ਉਹ ਸੱਚ ਦੇ ਦ੍ਰਿੜ ਨਹੀਂ ਸੀ ਜਿਹਦੇ ਕੋਲ ਕੰਮਦੇ ਸੀ ਪਰਿਵਾਰ। ਸੋ ਕੌੜਾ ਸੱਚ ਕਹਿੰਦੇ ਕੌੜਾ ਹੁੰਦਾ, ਅਸੀਂ ਖੁਸ਼ਾਮਦ ਦੇ ਨਾਲ ਤਾਰੀਫਾਂ ਕਰਨ ਲੱਗ ਜਾਂਦੇ ਬੰਦੇ ਦੀਆਂ ਜਿਹਨੇ ਪਾਪ ਵੀ ਕੀਤੇ ਹੋਣ, ਉਹਨੂੰ ਵੀ ਕਹੀ ਚੱਲ ਬੜਾ ਦਾਨੀ ਬੰਦਾ ਜੀ, 55,000 ਦੇ ਗਿਆ ਸੀ, 3,300 ਦੇ ਗਿਆ ਸੀ, ਉਹ ਇਹ ਸੋਹਰੇ ਕਹੀ ਜਾਂਦੇ ਨੇ, ਉਹ ਏਡਾ ਕੌੜਾ ਸੀ ਸੱਚ ਕਹਿਣ ਵਾਸਤੇ ਮੈਨੂੰ ਮੂੰਹ 'ਤੇ ਮਾਰਦਾ ਸੀ ਸੱਚ, ਅਤੇ ਫਿਰ ਉਹ ਜੇ ਝੂਠ ਆਮ ਦੇ ਸਾਹਮਣੇ ਕੋਈ ਬੋਲ ਹੀ ਨਹੀਂ ਸਕਦਾ ਸੀ, ਜਦੋਂ ਕੋਪੜਾ ਉਹਨੇ ਬੋਲਣੀ ਹੈ ਫਿਰ ਸੱਚ ਬੋਲਣਾ ਅਤੇ ਸੱਚ ਤੋਂ ਪਿੱਛੇ ਹੀ ਘਟਣਾ, ਇਹ ਵੀ ਉਹਦੀ ਖੂਬੀ ਸੀ। ਲਾਮਬੰਦੀ ਕਰਨਾ ਲੋਕਾਂ ਦੀ ਕਦਰ ਕਰ ਛੱਡਣੀ, ਅਤੇ ਬਹੁਤ ਪਾਤਰ ਵੇਚ ਜਾਂਦੇ ਘਰ ਨੂੰ ਤਰੱਕੀ ਵਾਸਤੇ, ਇਹ ਹਿੱਸਾ ਛੱਡ ਕੇ ਜਿਹੜੀ ਮੈਂ ਕਮਾਈ ਤੁਹਾਨੂੰ ਦੇਖਦੀ ਮੁੰਡਿਆਂ ਦੇ ਜ਼ਿੰਮੇਵਾਰੀ ਪਾ ਕੇ ਪਰਿਵਾਰ ਦੇ ਰਿਟਾਇਰਮੈਂਟ ਤੋਂ ਬਾਅਦ ਸਾਰਾ ਇੰਨੀ ਕੋਈ ਨੌਕਰੀ ਕਰਦਾ ਜਿਹੜਾ ਪੈਸੇ ਕਮਾਉਂਦਾ ਉਹ ਨਹੀਂ ਉਹਦੀ ਡਿਊਟੀ ਕਰਦਾ ਜਿੰਨੀ ਡਿਊਟੀ ਆਮ ਲੋਕਾਂ ਵਾਸਤੇ ਨਹੀਂ ਕੀਤੀ। ਸੋ ਮੈਂ ਸਮਾਂ ਦੀ ਬਹੁਤ ਮੈਂ ਵਿਆਖਿਆ ਕਰਾਂ, ਦਿਲ ਕਰਦਾ ਵੀ ਜਿੰਨਾ ਵੀ ਲੋਕਾਂ ਨਾਲ ਗੱਲਾਂ ਸਾਂਝੀਆਂ ਕੀਤੀਆਂ ਜਾਣ ਉਹਦੇ ਬਾਰੇ ਆਪਣੇ ਆਪ ਸਾਨੂੰ ਜ਼ਰੂਰ ਪ੍ਰੇਰਨਾ, ਜਦੋਂ ਪੱਠ ਦੇ ਰੂਪ ਵਿੱਚ ਅਸੀਂ ਬਹਿ ਰਹੇ ਹਾਂ ਧਾਰਮਿਕ ਅਦਾਰੇ ਦੇ ਵਿੱਚ ਆਪਣੀ ਗਲਤੀ ਲਾ ਕੇ ਕਹਿੰਦੇ ਤਾਂ ਲਾਜ਼ਮੀ ਤੌਰ 'ਤੇ ਕੋਈ ਗੱਲ ਪੱਲੇ ਬੰਨ ਲੈਂਦੇ। ਸੋ ਅੱਜ ਦੇ ਸਮਾਜ ਜਿੱਥੇ ਇਸ ਵੇਲੇ ਗਰੀਬੀ ਪਸਰ ਰਹੀ ਹੈ, ਬੇਰੁਜ਼ਗਾਰੀ ਲੋਕਾਂ ਵਾਸਤੇ ਖੌਫ ਬਣ ਚੁੱਕਿਆ, ਰਸਤਾ ਨਹੀਂ ਦੇਖਦਾ ਵੀ ਔਰਤਾਂ ਬੱਚਿਆਂ ਨੂੰ ਕਿੱਧਰ ਹੋਈ, ਨਸ਼ੇ ਕਾਮਾ ਛੱਡਦਾ ਹੈ, ਘਰ 'ਚ ਨਹੀਂ ਪਤਾ ਲੱਗਦਾ 5-10 ਸਾਲ ਵਿੱਚ ਸਾਡੇ ਘਰ 'ਚ ਵੀ ਅੱਗ ਲੱਗ ਗਿਆ ਨਸ਼ੇ ਦਾ, ਨਸ਼ੇ ਹਕੂਮਤਾਂ ਨੇ ਬਣਾਏ ਨੇ, ਨਸ਼ੇ ਆਪਣੇ ਆਪ ਨੂੰ ਕੋਰੀ ਦੇ ਨਸ਼ਿਆਂ ਨੂੰ ਰਾਹ ਬਣਾਏ ਨੇ, ਕੋਰੀਡੋਰ ਦਿੱਤੇ ਗਏ ਨਸ਼ਿਆਂ ਨੇ, ਨਸ਼ਿਆਂ ਨੇ ਪੱਟ ਕੇ ਰੱਖਦਾ ਗਿਆ, ਸਿਹਤ ਵਿੱਦਿਆ ਸਾਡੇ ਹੱਥ ਤੋਂ ਖੋਲੀ ਰਸਤੇ ਤੱਕ 50-70 ਬਣਦਾ, ਸਰਕਾਰ ਭੱਜ ਗਈ ਲੋਕਾਂ ਨੂੰ ਆਪਦੇ ਰਹਿਣ 'ਤੇ ਛੱਡ ਕੇ, ਸਰਕਾਰ ਭੱਜ ਗਈ ਇੱਕ ਨਹੀਂ ਕਿਤੇ ਕਿਸੇ ਰੰਗ ਦੀ ਸਰਕਾਰ ਜਿਹੜੀ ਮਰਜ਼ੀ ਹੈ, ਉਹਨਾਂ ਨੇ ਲੋਕ ਆਪਣੇ ਵਹਿਮ ਕਰਮ 'ਤੇ ਛੱਡ ਦਿੱਤੇ, ਵੋਟਾਂ ਲੈਣ ਦਾ ਢੰਗ ਹੀ ਹੋਰ ਅਪਣਾ ਲਿਆ, ਡਰ ਪੈਰ ਰਿਸ਼ਵਤਾਂ ਸ਼ਰਾਬਾਂ ਭੁੱਕੀਆਂ ਨਸ਼ੇ
ਇਹ ਸਾਰਾ ਕੁਝ ਢੰਗ ਬਣਾ ਲਿਆ ਜਾਂ ਜਜ਼ਬਾਤੀ ਤੌਰ 'ਤੇ ਸਾਨੂੰ ਧਾਰਨ ਪੰਜਾਬੀ ਖੇਤਰੀ ਮੁੱਦਿਆਂ 'ਤੇ ਲੜਾ ਕੇ ਹਕੂਮਤ ਕਰਨ ਦਾ ਦੌਰ ਹੈ। ਇਹ ਸਾਡੀਆਂ ਮੁਸੀਬਤਾਂ ਹੱਲ ਕਰਨ ਦਾ ਦੌਰ ਨਹੀਂ। ਜਿਹਨਾਂ ਮੁਸੀਬਤਾਂ ਵਾਸਤੇ ਦਰਸ਼ਕ ਉੱਠੀ ਲੜੇ ਤਾਂ ਉਹਦੀ ਜ਼ਿੰਦਗੀ ਤੋਂ ਪ੍ਰੇਰਣਾ ਮਿਲਦੀ ਹੈ ਵੀ ਜੇ ਅਸੀਂ ਮਨੁੱਖਤਾ ਦੇ ਸਾਂਝੀਵਾਦਤਾ ਦੇ ਪ੍ਰਤੀਕ ਹਾਂ ਜਾਂ ਮਨੁੱਖ ਦੇ ਦਰਦ ਨੂੰ ਕੁਛ ਆਪਣੇ ਹਿਰਦੇ 'ਚ ਵਸਾਉਣ ਦੇ ਜਿਹੜਾ ਸਾਡੇ ਪਰਿਵਾਰ ਦੀ ਕਹਾਣੀ ਹੀ ਹੈ, ਘਰ ਘਰ ਦੀ ਕਹਾਣੀ ਹੈ ਜਿਹੜੀ ਅੱਜ ਦੀ ਮੁਸੀਬਤ, ਉਹ ਘਰ ਘਰ ਦੀਆਂ ਕਹਾਣੀਆਂ ਵਾਲੇ ਲੋਕ ਜੇ ਇਕੱਠੇ ਹੋ ਕੇ ਨਹੀਂ ਲੜਦੇ, ਦਰਸ਼ਕ ਟੂਟੀ ਦੇ ਪਦ ਜਿਹਨਾਂ 'ਤੇ ਚੱਲ ਕੇ ਜਗਾਨ ਨੂੰ ਸਾਹਮਣੇ ਨਹੀਂ ਕੱਢਦੇ ਜੁੜਦੇ, ਅਤੇ ਮੈਂ ਸਮਝਦਾ ਅਸੀਂ ਅੱਜ ਵੀ ਹੈ ਨਹੀਂ, ਅਸੀਂ ਕੱਲ੍ਹ ਵੀ ਹੈ। ਅੱਜ ਜਾਗਣ ਦਾ ਸਮਾਂ ਅਤੇ ਕਈਆਂ ਜਿਹੜੀ ਸ਼ਖਸੀਅਤਾਂ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ। ਸੋ ਸਾਨੂੰ ਫਖਰ ਹੈ ਵੀ ਇੱਡੀ ਮੁੱਲਵਾਨ ਜ਼ਿੰਦਗੀ ਜਿਉਂ ਜਿਹੜਾ ਯੋਧਾ ਗਿਆ ਉਹ ਲਾਜ਼ਮੀ ਤੌਰ 'ਤੇ ਬਹੁਤ ਲੰਮਾ ਸਮਾਂ ਉਹਦੇ ਰਸਤੇ 'ਤੇ ਚੱਲਣ ਵਾਲੇ ਜਿਹੜੇ ਅਨੇਕਾਂ ਲੋਕ ਉਹ ਪੈਦਾ ਕਰ ਗਿਆ ਅਤੇ ਉਹਦੀ ਸੋਚ ਇੱਥੇ ਉਹ ਪੈਦਾ ਪਹਿਰਾ ਦਿੰਦੀ ਹੈ ਉਹ ਵੀ। ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਪਰਿਵਾਰ ਦੇ ਕੰਮ ਦੇ ਵਿੱਚ ਸ਼ਰੀਕ ਹੋਣਾ, ਆਪਣੀ ਜਥੇਬੰਦੀ ਵੱਲੋਂ, ਪੰਜਾਬ ਇੱਟ ਵੱਲੋਂ, ਟਰਾਂਸਪੋਰਟ ਦੀ ਜਥੇਬੰਦੀ ਵੱਲੋਂ, ਔਰ ਮੈਂ ਸਮਝਦੇ ਪਰਿਵਾਰ ਭਾਣਾ ਮੰਨਣ ਦੀ ਗੱਲ ਕਰਦੇ ਆਪਾਂ, ਸ਼ਕਤੀ ਸਮਰੱਥਾ ਹੌਸਲਾ ਔਰ ਉਹਨਾਂ ਦੇ ਸਾਹਮਣੇ ਇੱਕ ਫਖਰ ਹੈ ਉਹ ਇਸ ਵਿਛੋੜੇ ਦੇ ਜਿਹੜੇ ਚੱਲ ਰਹਿਣਗੇ। ਸੋ ਇਹਨਾਂ ਸ਼ਬਦਾਂ ਦੇ ਨਾਲ ਬਹੁਤ ਬਹੁਤ ਗੁਰੂ ਜੀ ਦੱਸ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਆਪਾਂ ਬਹੁਤ ਹੀ ਦੁੱਖ ਦੀ ਘੜੀ ਹੈ, ਨਾਮਰੇੜ ਦਰਸ਼ਨ ਸਿੰਘ ਜੀ ਦੀ ਅੰਤਮ ਦਾਸ ਵਿੱਚ ਕਰਤੱਵ ਹੋਏ ਹੈ। ਉਸ ਇਨਸਾਨ ਨੂੰ ਜਿਹੜਾ ਕਿ ਗਰੀਬਾਂ ਦਾ ਹੁੰਦੀਆਂ ਸੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਸਾਰੇ ਪਹੁੰਚੇ ਹਾਂ। ਮੇਰੇ ਤੋਂ ਪਹਿਲਾਂ ਬੋਲਣ ਵਾਲੇ ਉਦਾਰਿਆਂ ਨੇ, ਉਹਨਾਂ ਦੇ ਸਾਥੀਆਂ ਨੇ ਬਹੁਤ ਉਸਤਾਦ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੀ ਕੀਤੀ ਘਟਨਾ ਬਾਰੇ, ਉਹਨਾਂ ਦੀ ਨੇਕ ਕਮਾਈ ਬਾਰੇ ਸੰਸਾਰ ਦੇ ਨਾਲ ਦੱਸਿਆ। ਮੇਰਾ ਵੀ ਉਸ ਇਨਸਾਨ ਦੇ ਨਾਲ ਕਾਫੀ ਦੇਰ ਤੋਂ ਦਿਲੋਂ ਪਿਆਰ ਪਿਆਰ ਸੀ, ਬੜਾ ਜਦੋਂ ਮਿਲਦੇ ਖੁਸ਼ ਹੋ ਕੇ ਮਿਲਦੇ, ਅਤੇ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਬਹੁਤ ਭਾਵੁਕ ਹੁੰਦਾ ਅਤੇ ਬੜੀ ਮਨ ਨੂੰ ਲੱਗੀਆਂ, ਕਿਉਂਕਿ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਕੋਈ ਵੀ ਐਸੋਸੀਏਸ਼ਨ ਬਣਦੀ ਆ, ਕੋਈ ਜਿੰਮੇਵਾਰੀ ਬਣਦੀ ਆ, ਉਹ ਜਦੋਂ ਮੋਢੀ ਦਾ ਨਾਂ ਜਪ ਪੈਂਦਾ, ਨਾਂ ਜਪਾਉਣ ਤੱਕ ਉਹਦੀ ਹੱਤਿਆ ਕਰਦੀ ਆ, ਫਿਰ ਉਹ ਸਿਆਸਤ ਵਿੱਚ ਵੜ ਜਾਂਦੇ ਆ, ਜਿਹੜੇ ਵਗਨ ਅੱਗੇ ਹੁੰਦੇ ਆ ਚਾਹੇ ਉਹਨਾਂ ਦੇ ਉੱਤੇ ਹੀ ਉਹ ਫਿਰ ਹੁਕਮ ਚਲਾਉਂਦੇ ਆ। ਪਰ ਕਾਮਰੇਡ ਦਰਸ਼ਨ ਸਿੰਘ ਜੀ ਉਹਨਾਂ ਨੇ ਹਮੇਸ਼ਾ ਹੀ ਸੱਚ ਦੇ ਪਹਿਰਾ ਦਿੱਤਾ, ਗਰੀਬਾਂ ਦੀ ਵਾਹ ਫੜੀ। ਜਿਵੇਂ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਕਾਮਰੇਡ ਨੇ ਦੱਸਿਆ, ਬਹੁਤ ਵੱਡੀਆਂ ਵੱਡੀਆਂ ਤਾਕਤਾਂ ਦੇ ਨਾਲ ਉਹਨਾਂ ਨੇ ਲੋਹਾ ਲਿਆ, ਚੁਗੇ ਨਹੀਂ ਉਹਨਾਂ ਨੂੰ ਚੁਕਾਇਆ। ਅੱਜ ਦੇ ਸਮੇਂ ਦੇ ਵਿੱਚ ਮੈਂ ਸਮਝਦਾ 70% ਜਿਹੜੇ ਲੋਕ ਆ ਉਹਨਾਂ ਕੋਲ ਬਹੁਤ ਘੱਟ ਸਾਧਨ ਅਤੇ ਰੋਗੀ ਦਾ ਜਿਹੜੀਆਂ ਮੁਸ਼ਕਲ ਆ, ਅਤੇ 30% ਆ ਜਿਹੜੇ ਉਹ 70% ਨਾਲੋਂ ਵੀ ਵੱਧ ਉਹਨਾਂ ਦੇ ਕੋਲ ਪੈਸਾ ਸਾਧਨ ਬੜਾ ਕੁਛ ਉਹਨਾਂ ਦੇ ਕੋਲ ਹੈ, ਅਤੇ ਫਿਰ ਵੀ ਉਹ ਅਜੇ ਵੀ ਨੰਨੇ ਬਣ ਕੇ ਰੁਕੀ ਜਾਂਦੇ ਆ। ਆਪਾਂ ਨੂੰ ਇਹਨਾਂ ਦੇ ਇਸ ਕੋਵਿਡ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਰਾਜ ਕੁਛ ਨਹੀਂ ਜਾਣਾ, ਆਪਾਂ ਯੋਜਨਾ ਇਕੱਠਾ ਕਰਦੇ ਹਾਂ, ਲੋਕਾਂ ਲਈ ਜੀਵੋ, ਲੋਕਾਂ ਦੀ ਸੇਵਾ ਕਰੋ, ਲੋਕਾਂ ਨਾਲ ਰਕੀਬਾਂ ਨਾਲ ਹਮਦਰਦੀ ਕਰੋ। ਮੈਂ ਬਹੁਤਾ ਸਮਾਨ ਲੈਂਦਾ ਹੋਇਆ ਮੈਂ ਆਪਣੇ
ਕੋਈ ਗੱਲ ਨਹੀਂ।
ਇੰਨਾ ਸਾਫ ਦਿਲ ਦਿਮਾਗ ਬੰਦਾ ਮੈਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਇੰਨੀ ਵੀ ਅੱਜ ਸ਼ਰਧਾਂਜਲੀ ਸਮਾਗਮ 'ਤੇ ਹੀ ਆਇਆ। ਮੈਂ ਪਿਛਲੇ ਮਹੀਨੇ ਵੀ ਲਾਸਟ ਵੀਕ ਮੋਗੇ ਗਿਆ ਸੀ, ਉਸ ਦਿਨ ਵੀ ਮੈਂ ਪਤਾ ਕੀਤਾ ਜਿੱਥੇ ਵੀ ਮੈਂ ਜਾਂਦਾ ਕਾਮਰੇਡ ਹੋਰਾਂ ਨੂੰ ਮਿਲੇ ਬਿਨਾਂ ਨਹੀਂ ਸੀ ਆਉਂਦਾ, ਅਤੇ ਉਸ ਦਿਨ ਕਾਮਰੇਡ ਹੋਰੀ ਮੈਨੂੰ ਭੱਟੀ ਸਾਹਿਬ ਹੋਰਾਂ ਨੇ ਦੱਸਿਆ ਵੀ ਪਿਛਲੇ ਹਫ਼ਤਾ 4 ਦਿਨਾਂ ਤੋਂ ਆਏ ਨਹੀਂ। ਮੈਂ ਇੱਥੇ ਘਰ ਮਿਲਣ ਆਇਆ ਅਤੇ ਕਾਕਾ ਜੀ ਕਹਿਣ ਲੱਗੇ ਵੀ ਹੈ ਤਾਂ ਘਰ ਹੀ, ਪਰ ਅਸੀਂ ਚੱਲੇ ਹਾਂ ਤੁਹਾਨੂੰ ਮਿਲਿਆ ਨਹੀਂ ਗਾ। ਮੈਂ ਕਿਹਾ ਵੀ ਕੋਈ ਗੱਲ ਨਹੀਂ, ਉਹ ਕਾਰ 'ਚ ਬੈਠਣ ਲੱਗੇ ਸੀ ਜਦੋਂ ਮੈਂ ਉਹਨਾਂ ਦੇ ਕੋਲੇ ਹੋਇਆ, ਕਹਿੰਦੇ ਬਾਈ ਤੂੰ ਆ ਹੀ ਗਿਆ ਪਰ ਤੁਹਾਨੂੰ ਮਿੰਟ ਨਾ ਬਹਿਣੇ ਹੀ ਹੈ। ਟੈਲੀਫੋਨ 'ਤੇ ਹਫ਼ਤੇ 10 ਦਿਨਾਂ ਬਾਅਦ ਸਾਡੀ ਗੱਲ ਹੁੰਦੀ ਰਹਿੰਦੀ, ਅਤੇ ਜਦੋਂ ਵੀ ਕਿਤੇ ਮੈਂ ਮੋਗੇ ਵਾਲ ਗੇੜਾ ਮਾਰਦਾ ਜਾਂ ਮੋਗੇ ਆਉਂਦਾ ਤਾਂ ਮੈਂ ਇਹਨਾਂ ਨੂੰ ਮਿਲੇ ਬਿਨਾਂ ਕਦੇ ਵੀ ਨਹੀਂ ਗਿਆ। ਕਾਮਰੇਡ ਹੋਰਾਂ ਦਾ ਸੱਚਾ ਸੁੱਚਾ ਜੀਵਨ ਇਹਨਾਂ ਨੇ ਕਾਮਰੇਡ ਦੀ ਸੋਚ ਨੂੰ ਬਚਾ ਕੇ ਰੱਖਿਆ, ਲੋਕ ਹਿੱਤਾਂ ਲਈ ਲੜਾਈ ਲੜੀ, ਆਪਣੀ ਸੰਸਥਾ ਲਈ ਹਰਜਾਨ ਪ੍ਰਧਾਨ ਹੋਰਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਨੇ ਰਾਖੀ ਕੀਤੀ। ਮੈਂ ਇਸ ਕਾਮਰੇਡ ਦੀ ਸੋਚ ਨੂੰ ਸਦਾ ਹੀ ਸਲਾਮ ਕਰਦਾ ਰਿਹਾ ਕਿ ਲਿਹਾਜ਼ ਇੱਕ ਗੈਰਤਮੰਦ ਇਨਸਾਨ, ਇੱਕ ਅਣਖੀ ਇਨਸਾਨ, ਬੇਦਾਗ ਇਨਸਾਨ ਕਿਵੇਂ ਸਾਰੀ ਉਮਰ ਲੁਕ ਘੋਲਾ ਲਈ ਲੜਦਾ ਰਿਹਾ ਆਪਣੇ ਸਾਥੀਆਂ ਦੇ ਹਿੱਤਾਂ ਦੀ ਖਾਤਰ, ਇਸ ਰੋਡਵੇਜ਼ ਦੀ ਖਾਤਰ ਅਤੇ ਪਿੰਡ ਦੇ ਲੋਕਾਂ ਦੀ ਖਾਤਰ, ਵਿਦਿਆਰਥੀ ਘੋਲਾ ਦੀ ਖਾਤਰ ਲੜਦਾ ਰਿਹਾ। ਇਸ ਕਰਕੇ ਹੀ ਮੈਂ ਇਹਨਾਂ ਨੂੰ ਬਹੁਤ ਪਿਆਰ ਕੀਤਾ, ਮੈਂ ਇਹਨਾਂ ਦਾ ਬਹੁਤ ਸਤਿਕਾਰ ਕੀਤਾ। ਜੋ ਵੀ ਮੈਨੂੰ ਇਸ ਡਿਪੂ ਦੇ ਜਾਂ ਇਸ ਸੰਸਥਾ ਦੇ ਲੋਕ ਜਾਣਦੇ ਹੋਣਗੇ ਉਹਨਾਂ ਨੂੰ ਇਹ ਭਲੀ ਭਾਂਤ ਹੀ ਪਤਾ ਹੋਊਗਾ ਕਿ ਮੈਂ ਇਹਨਾਂ ਨੂੰ ਕਿੰਨਾ ਸਤਿਕਾਰ ਕਰਦਾ ਰਿਹਾ। ਸਿਰਫ ਨਿਰਸਵਾਰਥ ਸ਼ਖਸੀਅਤ ਸਦਕਾ ਇਹਨਾਂ ਨੂੰ ਮੈਂ ਹਰ ਵਕਤ ਇਹਨਾਂ ਦਾ ਪਤਾ ਲੈਂਦਾ ਰਿਹਾ ਤਾਂ ਕਿ ਕਿਸੇ ਨੂੰ ਕਿਸੇ ਟੈਲੀਫੋਨ ਦਾ ਹੀ ਕੋਈ ਸਹਾਰਾ ਮਿਲ ਸਕੇ। ਅੰਤ ਵਿੱਚ ਮੈਂ ਇਸ ਸੱਚੀ ਸੁੱਚੀ ਮਨੁੱਖੀ ਸ਼ਖਸੀਅਤ ਨੂੰ ਪੰਜਾਬ ਟਰਾਂਸਪੋਰਟ ਪ੍ਰਾਈਵੇਟ ਯੂਨੀਅਨ ਵੱਲੋਂ ਸਿਜਦਾ ਕਰਦਾ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਦਾ ਹੋਇਆ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਵਾਸਤੇ ਪਰਿਵਾਰ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਪਾਣਾ ਮੰਨਣ ਦਾ ਵੱਲ ਵਾਸਤੇ ਕਿਵੇਂ ਦਾ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹੋਰ ਵੀ ਬਹੁਤ ਅਦਾਵਾਂ ਕਰੋ, ਕਾਫੀ ਪੀਸ ਬਾਹਰ ਵੀ ਬੈਠੇ ਹੈ ਪੂਰੇ ਪੰਜਾਬ ਤੋਂ ਬਾਹਰ ਪੰਡਿਤ ਜੀ ਤੋਂ, ਸਾਡੇ ਕੋਲ ਸਿਰਫ ਦੋ ਆ ਗਏ, ਬਾਕੀ ਆ ਮਿਹਰਬਾਨੀ ਕਰਕੇ ਦਿੱਤੇ ਅੱਗੇ ਸਾਥ ਦਿੱਤਾ ਦੋ, ਥੋੜ੍ਹੀ ਜਲਦੀ ਗੱਲ ਹੈ ਆਪਾਂ ਸਮਾਪਤ ਵਾਲੇ ਪਾਸੇ ਵੱਲ ਰਹੇ ਹੋ, ਅਗਰ ਵਿਅਕਤੀ ਤਾਂ ਪਾਣੀ ਲੈਂਦਾ ਉਹਨਾਂ ਤੋਂ ਬਾਅਦ ਜਗਿੰਦਰ ਪਾਲੂ ਜੀ ਜਿਹੜੇ ਸੰਪਾਦਕ ਆ ਨਗਰ ਬਦਲ ਦੇ ਉਹਨਾਂ ਨੇ ਆਪਦੀ ਗੱਲ ਕਹਿਣੀ ਕਾਰਡ ਪ੍ਰਤੀ ਮਾਲ ਆਦਮੀ ਸਕੱਤਰ ਹੋਏ ਭੈਣੋ ਭਰਾਓ ਅਤੇ ਸਾਥੀਓ, ਕਾਮਰੇਡ ਹਰਿਸ਼ਨ ਸਿੰਘ ਜੀ ਦੇ ਨਾਲ ਮੇਰਾ ਵਾ 28 ਸਤੰਬਰ 1998 ਨੂੰ ਅਭਿਆਸ ਹੈ। 28 ਸਤੰਬਰ ਦਾ ਦਿਨ ਭਗਤ ਸਿੰਘ ਦਾ ਜਨਮ ਦਿਹਾੜਾ, ਉਹ ਬੜੀ ਵੱਡੀ ਪੱਧਰ 'ਤੇ ਮੋਗੇ ਵਿੱਚ ਮਨਾਇਆ ਸੀ ਅਤੇ ਪਹਿਲੋਂ ਆ ਕੇ ਉਸ ਪ੍ਰੋਗਰਾਮ ਦੀ ਤਿਆਰੀ ਅਤੇ ਫਿਰ ਉਹਦੇ ਸਾਰੇ ਕੰਮਾਂ ਵਾਸਤੇ ਜਦੋਂ ਇਹਨਾਂ ਤਾਲਮੇਲ ਬਣਿਆ
जिनी गिनती उन्होंने बारे प्रशंसा की तारीफ की गई है वो सारे गल् पूरी करते मैनू नहीं सी पता कि वो इन्ने बीमार हो गए साथी कुलदीप भोला मैं और साथी असं कुल ला रहे हैं केरला कॉन्फ्रेंस पार्टी कॉन्फ्रेंस भोला बार बार रेल के पिछों फोन गए जाते हैं आई कुछ भी कटे है तो मैं डैडी का पता लै गया मैं उनकी सेहत बारे पूछा कि मैं फिर भी दो दिन टैलीफोन को दौड़िया फिर मैं पूछा मैं गल की है इन्हें दसाई दसी के हालात चंगे नहीं हालात माड़े ने सिर्फ दवाई के आसरे पांच सात दिन बाद हस्पताल लै ले रहे हैं तो उस आसरे काम जरा चली जा रहा ये सुन के बड़ा मतलब दिल में धक्का जहा लगा कि योजा साथी जरा मूँह से गल कर सच्ची गल कर और जीदा बुलारा वो मतलब बीमार गया जो हालात है वो नजर आ रहे हैं नहीं बचना सो योजे साथी के जान के नाल जिसे परिवार को घाटा पैदा नहर को बड़ा बड़ा घाटा पैदा नहर के जोड़े आगू आई अगला करता हूँ मैंबर बहुत बन जाते हैं रैलियां बाजार हड़ताल भी चले जाते हैं पर जोड़ा लोगों गल कर स्पीकर के तौर पर बुलाए के तौर के उ बहुत घट पैदा होंगे इस करके कांग्रेस पार्टी वालों के सारी इस हालत की है देखो ये मतलब एक बुलारा चले जाना ये बहुत बड़ा घाटा मैं बहुत ही लंबी चौड़ी गल ना करता आया तरन तारण जिले की कांग्रेस पार्टी वालों अपने सारे जिले के साथियों वालों कामरेड भजन सिंह नरेंद्र सिंह द्वारा सुखचैन सिंह जलिंदर सोर सारी लीडरशिप वालों मैं श्रद्धा के फुल भेंट करता बहुत बहुत धन्यवाद देश विदेश तो भी बार बार टैलीफोन के उत्ते लोग दुख साझा कर रहे हैं जिन्होंने रणवीर सिंह गहल जे सबका सकत्र भी है मोगे के सबका डी चरागू भी है साढ़े आपने जे साड़ी जथेबंदी के प्रधान है गुरदीप सिंह मोदी जथेबंद सकत्र बलबंत सिंह तारी अध्यापक आगू डॉक्टर रविंदर सिंह तालिया बिजली बोर्ड के आगू हरीक सिंह मसीता काफ़ी साथी है जिन्होंने बार बार टैलीफोन के बाद यानी केजा सिंह घोलिया जिन्होंने आस्ट्रेलिया को समझा किया है डॉक्टर साढ़े को मौजूद है डॉक्टर रविंद्रपाल गैल जिला सेहत अफसर डॉक्टर इंद्रजीत सिंह गैल आगू पी सी एफ एस पंजाब नौजवान आगू साढ़े को मंगत राय रविंद्र बाबू जसपाल सिंह आगू जो आगू है शहर के भरपूर सिंह सरपंच संबंधी वालों सी पी आई आगू वालों सरदार मखन सिंह डी पी चड़ैक जोड़े थोड़े लोकल साडा मन करता से काफ़ी दीरता से उन्होंने बुलाते पर समय की घाट करके सरदार जगतार सिंह हो गया सी इरीगेशन सरदार गुरचंद सिंह दातेवाल कॉल हरपाल सिंह एडवोकेट मोगा जेडे बीमारी की हालत जीते पहुंचे हैं समा नहीं दे सकते माफी चाहते हैं और मैं बेनती करा आप जितेंद्र पंडू उस तो बाद भावे उन्होंने माफी मंगी सी जरूर क्योंकि उन्होंने साढ़े आगू भी उन्होंने परिवार रिश्ता है परिवार के नाल बड़ा बड़ी सांझ है लंबे समय की उन्हें बेनती है कि जो लोग दो मिनट तो बाद शकल कर बेनती करा सारे जितेंद्र प्रभु जी इस दुख की घड़ी साढ़े साथी साढ़े बड़े भी दर्शन सिंह और श्रद्धा के फुल भेट करते साथ शामिल होने वास्ते आई साथ मिले कामरेड भी ने दूसरिया पार्टियां बड़े भी ने रिश्तेदार भी ने मेरे नाल भी उन्होंने सांझ बहुत ज्यादा
लोग मैं पत्रकार के तौर पर जानते हैं उन्हों का बेटा हरमन मेरे अखबार के नाल भी जुड़िया हुआ ऑस्ट्रेलिया तो बेटा अखबार भी पत्रकार के तौर पर भी काम करता पर मैं पत्रकार पहला नहीं सा पत्रकार बाद में बने जो पत्रकार बनया जो कि उल्टे सीधे केस करते मैं केस बहुत टूटे है पर जेल मैं मुलाजमान वास्ते कटी वो मैं एफ सी आई के पलेदार वास्ते कटी रोडवेज के मुलाजमान की पेंशन वास्ते कटी तो बिजली वाले के महंगाई भत्ते वास्ते कटी मैं तो मुलाजमान को दस कामरेड दर्शन सिंह भी मेरा संबंध उस लहर का कर 1982 की गल है मैं तरन तारण का सरन तारण के मोगे की एक बस का एक्सीडेंट हो गया बस वजी कार वाले की गलती से कार वाला तरन तारण का साझा रवाज यह है कि यह नहीं वेखना गलती कि नहीं है यह वेखना कि वही गड्डी कि नहीं है वो दुआले हो जाए कसूर साढ़े तरन तारण वाले मुंडे का उन्होंने एक जना मर गया जख्मी हो गया तो बरोड़े वाला फट के थाने लै गए नवी पीढ़ी के बच्चे नहीं जानते थाने एक सिस्टम हों काट मारना काट मारना इस तरह से कि लकड़ की शरीर आदि बचाले कट के वो गोल घेरे बनाए होंगे जोड़ा बंदा फट के लिया हवाला नहीं देना उस गोल घेरिया जो लत्तां दे देनिया अभी सीरी थले से अभी उसे ताला मार देना वो आसे पास माड़ा मोटा हिल सकता सी पासा हट के सौ भी नहीं सी सकता उन्होंने जाके थाने देता मैं रात को रोटी काम लगा तो दरवाजा खड़ गया मैं जाके पूछा कौन है वो कहता जी मैं मोगे तो दर्शन सिंह टूटी आया साढ़े एक ड्राइवर का एक्सीडेंट हो गया उन्हें थाने जाना असी रोटी छड़ के तुर पे जाके देखा मोगे का ड्राइवर लत्तियां काट दिखाई बेचारा हिलन जोगा भी ना जा किसी लड़ पिट के पुलिस वाले जगह सटाका पखाना होया 11 बजे असी जगा के आए तो दर्शन मेरे घर रात रहे वो क्योंकि बहुत जवान ताजा ताजा जागा तो असी गभरू गया होगा तो मैं जवानी वेले भी बुढ़ा जहा जापता सा मैं आ गया छोटे भाई बह जा तो हस के कहना मैं तेरे को उम्र चढ़ा मैं तो उदो बाद पता लगा मेरे को बड़ा ये हूँ 81 तो बाद तो जी गिरको 37 साल में साढ़े साल है 40 तो 3 घट है उदो साढ़े लीडर होते सन सतपाल डांग रोडवेज वाला ते भाई नछत्तर सिंह और निर्मल सोरी बैठे बोल के हमने बैंकू वाला ते लीडर होते सी कामरेड सुनहरी लाल उन्हों तो अगली पीढ़ी आई जी उस पीढ़ी वाले के विचों साढ़े को बैंको वाले चो निरपुर सिंह धालीवाल ने तो रोडवेज वाले चो साढ़े को कामरेड दर्शन टूटी गुरदीप मोदी ये सब सारे ने इन सारे के विचों गुरदीप मोदी इस वेले कनेडा में है पर हर साल एक गेड़ा मार के 4-5 महीने इतने रह के 1-2 लाख रुपये खर्च भी करके जथेबंदी का काम करके जाता है मेरा इन्हों सारे सैंतिया साल लगातार तालमेल रहा मोगे के अड्डे जो भाई नछत्र की याद नछत्र यादगारी भवन नछत्र भवन से नींह रखी है कामरेड सतपाल डांग मैं उदो भी आया फिर एक बार ये भी हो गया भाई बजुर्ग पिछे आ के बैठे है 1999 दिन चोणा आई उदो मावा पोतरी सी संभाल गया गल करिए तो कहते बहुत आना बोल कंधा सुनिया जगरूप सोने पार्लीमेंट की चोन लिए कागज भरते वाले थोड़े जे बंदे मैं तरन तारण तो आ गया इतने उदो 1.5 महीना फिर इन सारे मैं लगातार फिरता रहा मैं हमने रस्ते चाहता अपने साथियों कहता सा इन्ना फिरता मैं 38 साल बाद आया ਅੱਜ ਜਦੋਂ ਮੈਂ ਬਾਗੇ ਪ੍ਰਾਣੇ ਤੋਂ ਇੱਧਰ ਨੂੰ ਕਾਲੇ ਕਿਆਂ ਨੂੰ ਗੱਡੀ ਕੀਤੀ ਅਤੇ ਮੁੜਦਾ ਸੀ ਜੜੇਕ ਨੂੰ ਘੋੜੀਏ ਨੂੰ ਮੁੜ ਗਿਆ ਫਿਰ ਉਦੋਂ ਮੁੜ ਕੇ ਪੰਜਾਬ ਆਇਆ ਪਿੰਡਾਂ ਦਾ ਭੇਗਾ ਪੈਂਦਾ ਪਿਆ
ਸਵੇਰੇ ਮੈਨੂੰ ਅੱਜ ਇੱਕ ਜ਼ਰੂਰੀ ਕੰਮ ਲਈ ਕੋਟਕਪੂਰੇ ਵੀ ਜਾਣਾ ਪਿਆ। ਮੈਂ ਆਹ ਸਾਰੇ ਪਿੰਡਾਂ 'ਚ ਇਹਨਾਂ ਸਾਥੀਆਂ ਨਾਲ ਰਣਧੀਰ ਗਿੱਲੋਰਾਂ ਨਾਲ, ਉਹ ਸਾਡੇ ਤਾਂ ਵੱਡੇ ਨੇ, ਪਿਤਾ ਸਮਾਨ ਨੇ, ਉਹਨਾਂ ਨਾਲ ਸਾਡੇ ਤੇ ਦਾਦਾ ਸਮਾਨ ਸੀ ਕਾਮਰੇਡ ਗੁਰਦੂ ਮਾਨ, ਉਹਨਾਂ ਨਾਲ ਇਹਨਾਂ 'ਚੋਂ ਕਿਹੜੇ ਪਿੰਡ ਹੈ ਜਿਹਨਾਂ 'ਚ ਮੈਂ ਘੁੰਮਿਆ ਨਹੀਂ। ਇਹ ਸਾਰੀਆਂ ਗੱਲਾਂ ਮੈਂ ਦੱਸੀਆਂ ਇਸ ਕਰਕੇ ਹੈ ਕਿ ਮੇਰਾ ਦਰਸ਼ਨ ਵਾਰ ਨਾਲ ਸਬੰਧ ਕੀ ਸੀ। ਦੂਜੀ ਮੈਂ ਬੇਨਤੀ ਇਹ ਕਰਦੀ ਹਾਂ, ਸਾਡੇ ਤੋਂ ਹਰ ਕੋਈ ਆਪਣਾ ਪਰਿਵਾਰ ਪਾਲਦਾ। ਅੱਜ ਚਿੜੀਆਂ ਤੇ ਘੁੱਗੀਆਂ ਵੀ ਆਹ ਜਿਹੜੇ ਰੁਪਏ ਵੋਟ ਦੇ ਮੂੰਹ 'ਚ ਲਿਆ ਕੇ ਦਾਣਾ ਪਾਉਂਦੀਆਂ, ਜਾਨਵਰ ਵੀ ਆਪਣੇ ਬੱਚਿਆਂ ਨੂੰ ਪਾਲਦੇ। ਅਸੀਂ ਇਨਸਾਨ ਹੈ, ਸਾਡੇ ਜਿਵੇਂ ਇਹ ਹੈ ਕਿ ਅਸੀਂ ਸਿਰਫ ਪਰਿਵਾਰ ਤੱਕ ਸੀਮਤ ਨਾ ਰਹੀਏ, ਅਸੀਂ ਜਿੱਥੇ ਹੋ ਸਕੇ ਦੂਸਰੇ ਦਾ ਭਲਾ ਵੀ ਕਰੀਏ। ਕੁਝ ਲੋਕ ਖੂਨਦਾਨ ਦੀ ਮੁਹਿੰਮ ਚਲਾਉਂਦੇ ਆ, ਕੁਝ ਲੋਕ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਅਨਪੜ੍ਹਾਂ ਨੂੰ ਮਦਦ ਕਰਨ ਵਾਸਤੇ ਮੁਹਿੰਮ ਚਲਾਉਂਦੇ ਆ, ਕੋਈ ਰਸਤੇ ਬਣਾਉਣ ਦੀ ਮੁਹਿੰਮ ਚਲਾਉਂਦਾ। ਉਹ ਬਾਬਾ ਇੱਕ ਸੰਤ ਸੀਚੇ ਵਾਲਿਆ ਉਹ ਗੰਦੇ ਨਾਲਿਆਂ ਦੇ ਵਿੱਚੋਂ ਗਾਰ ਕੱਢਣ ਦੀ ਮੁਹਿੰਮ ਚਲਾਉਂਦਾ। ਇਸ ਤਰ੍ਹਾਂ ਦੀਆਂ ਮੁਹਿੰਮਾਂ ਚਲਾਉਣ ਵਾਲਿਆਂ ਦੇ ਵਿੱਚੋਂ ਸਾਡਾ ਦਰਸ਼ਨ ਟੂਟੀ ਸੀ, ਜਿਹੜਾ ਮੋਗੇ 'ਚ ਬੈਠ ਕੇ ਸਿਰਫ ਆਪਣੇ ਰੋਡਵੇਜ ਵਾਲਿਆਂ ਦਾ ਨਹੀਂ, ਪ੍ਰਾਈਵੇਟ ਬੱਸਾਂ ਵਾਲਿਆਂ ਦਾ ਵੀ ਸਾਥ ਦਿੰਦਾ ਸੀ, ਮੁਲਾਜ਼ਮਾਂ ਦਾ ਵੀ ਸਾਥ ਦਿੰਦਾ ਸੀ, ਦੂਸਰਿਆਂ ਦਾ ਵੀ, ਇਸਤਰੀਆਂ ਦੀ ਜਥੇਬੰਦੀ ਵਾਸਤੇ ਰੋਡ ਪੈਂਦੀ ਉਹਨਾਂ ਦਾ ਵੀ ਸਾਥ ਦਿੰਦਾ ਸੀ। ਮੈਨੂੰ ਇੱਥੇ ਆ ਕੇ ਪਤਾ ਲੱਗਾ ਕਿ ਉਹਨਾਂ ਦੇ ਛੋਟੇ ਭਾਈ ਸਾਹਿਬ ਹੈ ਪੂਰਨ ਧੋਰੀ, ਇਹ ਆਪਣੇ ਮਹਿਕਮੇ 'ਚੋਂ ਵੀ ਸੇਵਾ ਕਰਦੇ ਆਏ ਆ, ਇੱਥੇ ਆਏ ਤੇ ਪਿੰਡ ਵਾਲਿਆਂ ਨੂੰ ਗੁਰੂ ਘਰ ਦੇ ਵੀ ਪ੍ਰਧਾਨ ਇਹਨਾਂ ਨੂੰ ਬਣਾ ਦਿੱਤਾ। ਸਿਰਫ ਇਸ ਕਰਕੇ ਬਣਾ ਦਿੱਤਾ ਕਿਉਂਕਿ ਪਿੰਡ ਵਾਲਿਆਂ ਨੂੰ ਇਸ ਪਰਿਵਾਰ 'ਤੇ ਭਰੋਸਾ, ਇਹ ਭਰੋਸਾ ਬਣਦਾ ਵੀ ਬੜਾ ਔਖਾ, ਅਤੇ ਜਿਹਦੇ ਉੱਤੇ ਬਣ ਜਾਵੇ ਉਹਦੇ ਲਈ ਫਿਰ ਨਿਭਾਉਣਾ ਵੀ ਬਹੁਤ ਔਖਾ ਹੁੰਦਾ। ਇਹ ਸੌਖਾ ਕੰਮ ਨਹੀਂ ਬਹੁਤ ਹੈ ਜਿਹੜਾ ਇਸ ਪਰਿਵਾਰ ਨੇ ਨਿਭਾਇਆ। ਹੁਣ ਜਦੋਂ ਅੱਜ ਕਾਮਰੇਡ ਦਰਸ਼ਨ ਟੂਟੀ ਸਾਡੇ 'ਚ ਨਹੀਂ ਰਹੇ, ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹਰਮਨ ਹੈ, ਕੁਲਦੀਪ ਹੈ, ਮੈਂ ਸਾਰਿਆਂ ਦੇ ਨਾਮ ਹੀ ਜਾਣਦਾ, ਬਾਈ ਪੂਰਨ ਧੋਰੀ ਹੈ, ਕਿ ਸਾਰਾ ਪਰਿਵਾਰ ਜਿਹੜਾ ਜਿਸ ਤਰ੍ਹਾਂ ਇਹਨਾਂ ਸਮਾਜ ਸੇਵਾ ਕੀਤੀ ਹੈ, ਮੈਂ ਇਸ ਪਰਿਵਾਰ ਵੱਲੋਂ ਤੁਹਾਨੂੰ ਭਰੋਸਾ ਦਿੰਦਾ ਅਤੇ ਪਰਿਵਾਰ ਤੋਂ ਵੀ ਆਸ ਰੱਖਦਾ ਕਿ ਦਰਸ਼ਨ ਵਰਾਲੀ ਜਿਹੜੀ ਰੀਤ ਸੀਗੀ ਉਹਦੇ ਉੱਤੇ ਚੱਲਦੇ ਹੋਏ ਸਮਾਜ ਦੀ ਉਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ। ਮੈਂ ਬਹੁਤ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ, ਜੇ ਕਹਿਣ ਲੱਗਾ ਤਾਂ ਮੁੱਕਣਾ ਨਹੀਂ। ਅਖੀਰਲੀ ਗੱਲ ਮੈਂ ਇੰਨੀ ਨਿਬੇੜਨੀ ਚਾਹੁੰਦਾ ਕਿ ਪੰਜਾਬੀ ਦੇ ਬਹੁਤ ਵੱਡੇ ਕਵੀ ਹੁੰਦੇ ਸੀ, ਸਾਡੇ ਤੋਂ ਬਹੁਤ ਪਹਿਲਾਂ ਕਵੀ ਹੁੰਦੇ ਸੀ, ਉਹਨਾਂ ਦਾ ਨਾਂ ਹੀਰਾ ਸਿੰਘ ਦਰਦ ਸੀ। ਉਹਨਾਂ ਨੇ ਇੱਕ ਗੱਲ ਆਖੀ ਸੀ, ਨਾਂ ਦੇ ਉਹ ਸ਼ਰਧਾਂਜਲੀ ਸ਼ਰਧਾਂਜਲੀ ਚ ਕੀ ਪਿਆ, ਉਹਦੇ ਵਰਗੇ ਹੋ ਗਿਆ ਉਹ ਤੇ ਮਰਨ ਵਾਲਾ ਜੀ ਪਿਆ। ਮੈਂ ਇੰਨੇ ਕੁ ਸ਼ਬਦਾਂ ਨਾਲ ਤੁਹਾਡਾ ਤਰ੍ਹਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਾਂ ਆਪਣੀ ਜੂਥ ਨੂੰ, ਦੋ ਦਿਨ ਮਾਫੀਆਂ ਮਾਫੀਆਂ ਤਾਂ ਬਹੁਤ ਗਈਆਂ, ਪਰ ਮਾਫੀ ਦੇ ਚੱਕਰ 'ਚ ਨਾ ਪੈਂਦਾ ਹੋਇਆ ਦੋ ਦਿਨ ਤੋਂ ਰਹਿ ਨਹੀਂ ਸਕਦਾ। ਪ੍ਰਵਾਸੇ ਦੌਰ ਢਿੱਲੋ ਪੁੱਤਰੋਂ ਉਹਨੀ ਸਾਹਿਬ ਹੈਗੇ ਸਾਡੇ ਸਾਬਕਾ ਸਕੱਤਰ ਗਰਾਊਂਡ ਦੇ ਸੀ ਟੀ ਆਈ ਦੇ, ਧਰਤੀ ਪਾਲ ਸ਼ਰੀਰ ਵਾਸ ਸਾਡਾ ਬਹੁਤ ਸ਼ਾਪ ਵਾਲੇ ਹੁਣੇ ਹੁਣੇ ਰਾਮਿੰਦਰ ਪੱਪੂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਹੈ, ਲੇਖ ਆਏ ਆ, ਮਾਫ਼ੀ ਚਾਹੁੰਦੇ ਹੈ, ਸਮਾਂ ਕਾਫੀ ਹੋ ਗਿਆ। ਉਹਨਾਂ ਕਾਂਗਰਸ ਜ਼ਰੂਰ ਬੇਨਤੀ ਹੈ, ਉਹਦਾ ਵਾਰ ਵਾਰ ਸੀਗਾ ਕਿ ਸਮਾਂ ਬਹੁਤ ਹੋ ਗਿਆ, ਉਹਨਾਂ ਦੋ ਮਿੰਟਾਂ ਸੀ। ਉਸ ਤੋਂ ਬਾਅਦ ਦੋ ਮਿੰਟਾਂ ਦੇ ਐਸ ਜੀ ਸਰ ਤੋਂ ਧੰਨਵਾਦ ਕਰਦਾ, ਕਿਉਂਕਿ ਡਾਕਟਰ ਪੂਰਨ ਸਿੰਘ ਜਿਹੜੇ ਛੋਟੇ ਭਾਈ ਹੈ ਦਰਸ਼ਨ ਸਿੰਘ ਦੇ, ਆਪਾਂ ਨੂੰ ਪਤਾ ਕਿ ਇੰਟਰਵਿਊ ਦੇ ਵਿੱਚ ਆਗੂ ਵੀ ਹੋਏ ਅਤੇ ਹੋਰ ਸਮਾਜ ਸੇਵਾ ਕੰਮਾਂ ਦੇ ਵਿੱਚ ਫਿਰ ਸਾਹਿਬ ਨੇ ਦੱਸ ਗਏ ਹੈ ਕਿ ਜਿਹੜੇ ਗੁਰਦੁਆਰਾ ਸਾਹਿਬ ਬੈਠੇ ਆ, ਆਪਾਂ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਆ, ਉਹਨਾਂ ਨੇ ਤੁਹਾਡਾ ਧੰਨਵਾਦ ਕਰਨਾ। ਪਰ ਮੈਂ ਬੇਨਤੀ ਕਰਦਾ ਉਹ ਜ਼ਰੂਰ, ਪਰ ਮੈਂ ਨਾਲ ਬੇਨਤੀ ਇਹ ਵੀ ਕਰਦਾ ਕਿ ਬਹੁਤ ਸਾਥੀਆਂ ਦੇ ਨਾਮ ਮੇਰੇ ਕੋਲ ਰਹਿ ਗਏ ਆ ਮਾਫੀ ਪੱਧਰ ਦੇ, ਜਿੱਥੋਂ ਜਿੱਥੋਂ ਤੱਕ ਡੇਰਾ ਉਹ ਬਾਹਰ ਵੀ ਲੋਕ ਬਹੁਤ, ਅਤੇ ਮੈਂ ਸਾਰਿਆਂ ਦੇ ਹੱਥ ਜੋੜ ਕੇ ਮਾਫ਼ੀ ਚਾਹੁੰਦਾ ਕਿ ਮੈਂ ਸਾਰਿਆਂ ਦੇ ਨਾਮ ਨਹੀਂ ਲੈ ਸਕਿਆ, ਮਾਫ਼ੀ ਨਹੀਂ ਮੰਗ ਸਕਿਆ। ਮੇਰਾ ਮਨ ਨਹੀਂ ਸੀ ਕਰਦਾ ਕਿ ਮੈਂ ਜਦੋਂ ਅਨਾਊਂਸ ਕੀਤਾ ਸੀ ਬੋਲਣਾ, ਕਈ ਸਾਰੇ ਕਾਰਨ ਸੀ, ਇਹ ਨਹੀਂ ਕਿ ਮੈਂ ਦਰਸ਼ਨ ਜੀ ਨੂੰ
ਸ਼ਰਧਾ ਦੇ ਫੁੱਲ ਹੀ ਭੇਟ ਕਰਨਾ ਚਾਹੁੰਦਾ ਸਾਂ। ਬਹੁਤ ਸਾਰੇ ਆਗੂ ਆਏ ਹੋਏ ਸੀ ਅਤੇ ਉਹ ਬੋਲ ਚੁੱਕੇ ਸੀ, ਇਸ ਕਰਕੇ ਮੈਂ ਕਿਹਾ ਸੀ ਜੇ ਮਾਫ਼ੀ ਹੋਵੇ ਤਾਂ ਠੀਕ ਰਹੇਗਾ, ਜੋ ਫਿਰ ਭੈਣਾਂ ਭਰਾਵਾਂ ਨੇ ਜਾਣਾ ਵੀ ਹੁੰਦਾ ਤਾਂ ਕਿਉਂਕਿ ਅਨਾਊਂਸ ਕਰ ਦਿੰਦਾ, ਇਸ ਲਈ ਮੈਨੂੰ ਕੋਈ ਸ਼ਬਦ ਹੈ ਜਿਹੜੇ ਤੁਹਾਡਾ ਸਮਾਂ ਲੈਣਾ ਜ਼ਰੂਰੀ ਬਣ ਗਏ। ਸਾਥੀ ਦਰਸ਼ਨ ਜੀ ਬਾਰੇ ਬਹੁਤ ਸਾਰਾ ਕੁਛ ਕਿਹਾ ਜਾ ਚੁੱਕਿਆ ਅਤੇ ਤੁਸੀਂ ਖੁਦ ਹੀ ਜਾਣਦੇ ਹੋ, ਉਹ ਬੜੀ ਬਹਾਦਰੀ ਨਾਲ ਕੈਦੀਆਂ ਦੇ ਹੱਕਾਂ ਲਈ ਲੜੇ, ਕਦੇ ਰੋਕ ਲਏ ਕਿ ਨਹੀਂ, ਆਉਣ ਵਾਲੀ ਪੀੜ੍ਹੀ ਵਾਸਤੇ ਲੜੇ ਹੋ, ਆਉਣ ਵਾਲੀ ਪੀੜ੍ਹੀ ਜਿਹੜੇ ਸਾਡੇ ਪੁੱਤ ਧੀਆਂ ਰੁਜ਼ਗਾਰ ਮੰਗਦੇ ਆ, ਉਹਨਾਂ ਦੀ ਰੋੜੇ ਦੀ ਜਥੇਬੰਦੀ ਚੋਂ ਸਾਥੀ ਗੁਰਵਿੰਦਰ ਸਿੰਘ ਹੋਵੇ, ਸਾਥੀ ਗੁਰਮੇਲ ਸਿੰਘ ਹੋਵੇ, ਸਾਥੀ ਦਰਸ਼ਨ ਜੀ ਜਿਹੜੀ ਹੋਣ ਜਾਂ ਜਿਹੜੀ ਮੌਜੂਦਾ ਟੀਮ ਸਾਡੇ ਕੋਲ ਹੋਣ ਹੈ, ਇਹ ਹੋਵੇ, ਇਹ ਸਾਰੀ ਨੇ ਬੜੀ ਖੁੱਲ੍ਹ ਦਿਲੀ ਨਾਲ ਉਹਨਾਂ ਦੀ ਮਦਦ ਕੀਤੀ। ਇਹ ਇਹਨਾਂ ਦੀ ਦੂਰ ਦ੍ਰਿਸ਼ਟੀ ਸੀ, ਇਹਨਾਂ ਦਾ ਦੂਰ ਤਿੱਕਰ ਦੇਖਣਾ ਸੀ ਕਿ ਜੇ ਅਸੀਂ ਆਪਣੇ ਪੁੱਤਾਂ ਧੀਆਂ ਨੂੰ ਕੰਮ ਦਿਵਾਉਣ ਵਾਸਤੇ ਨਾ ਲੜੇ ਤਾਂ ਇਹ ਨਿਰਾਸ਼ਾ ਡੁੱਬ ਜਾਣਗੇ, ਬੜੇ ਲੋਕ ਚਾਹੁਣਗੇ ਬਾਹਰ ਚਲੇ ਜਾਈਏ, ਸਾਡੀ ਆਬਾਦੀ ਜੇ ਬਾਹਰ ਹੀ ਜਾ ਕੇ ਸਾਦਾ ਹੁੰਦਾ ਤੇ ਇਹ 135 ਕਰੋੜ ਨਾ ਹੁੰਦੀ ਸਾਡੇ ਦੇਸ਼ 'ਚ। ਸਭ ਲੋਕ ਬਾਹਰ ਨਹੀਂ ਆ ਸਕਦੇ, ਬਾਹਰ ਨਹੀਂ ਆਉਂਦੇ ਆ ਜਿਹਦੀ ਗਰੋਥ ਹੋਏ, ਪਰ ਇੱਥੇ ਪ੍ਰਬੰਧ ਕਰਨਾ ਪਏਗਾ ਰੁਜ਼ਗਾਰ ਦਾ। ਅਤੇ ਜਦੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਚਲਾਈ, ਕਈਆਂ ਨੂੰ ਲੜਦਾ ਸੀ ਇਹ ਫਾਲਤੂ ਦੀ ਗੱਲ ਹੈ, ਪਰ ਇਹਨਾਂ ਨੇ ਦਰਸ਼ਨ ਸਿੰਘ ਹੋਰਾਂ ਨੇ, ਪਰਮਿੰਦਰ ਸਿੰਘ ਹੋਰਾਂ ਨੇ, ਮੈਂ ਕਹਿੰਦਾ ਗੁਰਮੇਲ ਸਿੰਘ ਨੇ ਜੀ ਜਾਨ ਹੋ ਕੇ ਉਹਦੀ ਮਦਦ ਹੀ ਨਹੀਂ ਕੀਤੀ, ਸਾਰਾ ਕੁਛ ਨਿਸ਼ਾਵਰ ਕਰਨ ਦਾ ਕੰਮ ਕੀਤਾ, ਪੈਸੇ ਵੀ ਲਾਏ, ਸਾਬਣਾ ਵੀ ਦਿੱਤਾ, ਅਤੇ ਉਹ ਭਵਨ ਜਿਹਨੂੰ ਬਾਈ ਸ਼ੱਕਰ ਦੇ ਨਾਮ 'ਤੇ ਅੱਜ ਤੋਂ 28 ਵਰ੍ਹੇ ਪਹਿਲਾਂ ਇਹਨਾਂ ਨੇ ਉਸਾਰਿਆ, ਉਦੋਂ 25 ਲੱਖ ਰੁਪਈਆ ਲਾਇਆ, ਅੱਜ ਦੀ ਉਹਦੀ ਕੀ ਕੀਮਤ ਹੋਏਗੀ, ਉਹ ਸਾਰਾ ਨਿਸ਼ਾਵਰ ਕੀਤਾ ਕਿ ਪੁੱਤ ਧੀਆਂ ਨੂੰ ਟ੍ਰੇਨਿੰਗ ਦੇਣੀ ਆ, ਇੱਥੇ ਟ੍ਰੇਨਿੰਗ ਦੇਣ ਦਾ ਕੰਮ ਕਰੋ। ਮੈਂ ਇਹ ਕਹਿ ਸਕਦਾ ਆਪਾਂ ਉਸ ਦੌਰ ਵਿੱਚ ਹੋਣਾ ਕਰੇ ਹਾਂ ਜਦੋਂ ਦਰਸ਼ਨ ਸਿੰਘ ਹੋਰਾਂ ਦੀ ਲੋੜ ਸੀ ਉਹ ਨਹੀਂ ਰਹੇ, ਕਿਉਂਕਿ ਜਦੋਂ ਮੌਤ ਹੁੰਦੀ ਹੈ ਤਾਂ ਥਾਂ ਖਾਲੀ ਹੁੰਦਾ, ਜਦੋਂ ਥਾਂ ਖਾਲੀ ਹੁੰਦਾ ਉਵੇਂ ਜਿਵੇਂ ਬੱਚਾ ਜੰਮਦਾ ਇੱਕ ਥਾਂ ਭਰਦਾ, ਉਹਦੇ ਨਾਲ ਰਿਸ਼ਤਿਆਂ ਦੇ ਨਾਮ ਵੀ ਨਵੇਂ ਜੰਮ ਪੈਂਦੇ ਆ, ਜੇ ਭਤੀਜਾ ਜੰਮਿਆ ਤਾਂ ਚਾਚੇ ਵਾਲਾ ਸ਼ਬਦ ਹੈ ਜਿਹੜਾ ਉਹ ਵੀ ਆ ਜਾਂਦਾ, ਭੂਆ ਵੀ, ਮਤਲਬ ਜਨਮ ਹੈ ਜਿਹੜਾ ਉਹ ਰਿਸ਼ਤਿਆਂ ਨੂੰ ਪ੍ਰਫੁੱਲਤ ਕਰਦਾ, ਮੌਤ ਹੈ ਜਿਹੜੀ ਉਹਦੇ ਨਾਲ ਰਿਸ਼ਤੇ ਸੁੰਗੜਦੇ ਆ। ਪਰ ਇਹ ਸਾਥੀ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਭਵਨ ਉਸਾਰ ਕੇ, ਜਿਹਦੇ ਹੁਣ ਪ੍ਰਧਾਨ ਸੀ, ਅਤੇ ਇਹ ਉਹ ਥਾਂ ਬਣਾ ਕੇ ਦਿੱਤੀ ਜਿਹੜੀ ਰਿਸ਼ਤਿਆਂ ਨੂੰ ਸਦਾ ਬਹਾਰ ਰੱਖੇ, ਉਹਨਾਂ ਪੁੱਤਾਂ ਧੀਆਂ ਨੂੰ ਸਿਖਾਉਣ ਦਾ ਕੰਮ ਕਰੇ। ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਕਿਉਂਕਿ ਲੰਬੀ ਹੋ ਜਾਂਦੀ ਤਾਂ ਹੀ ਮੈਂ ਡਰਦਾ ਬੋਲਦਾ ਨਹੀਂ ਸਾਂ ਕਿ ਫਿਰ ਹੋਏਗਾ, ਪਹਿਲਾਂ ਬੋਲਦੇ ਨਹੀਂ ਸੀ, ਹੁਣ ਹੱਟ ਕੇ ਨਹੀਂ, ਫਿਰ ਇੱਕ ਮਿਹਣਾ ਬਣ ਜਾਂਦਾ। ਆਹ ਹੋਇਆ ਹੋਇਆ ਨਾ, ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨੀ ਮਰ ਰਹੀ ਹੈ, ਸਭ ਤੋਂ ਵੱਧ ਖੁਦਕੁਸ਼ੀਆਂ ਕਿਸਾਨੀ ਦੀਆਂ ਹੋਈਆਂ। ਅਗਲਿਆਂ ਨੇ ਏਜੰਡਾ ਬਦਲਣ ਲੱਗਿਆ, ਇੱਕ ਦਿਨ ਨਹੀਂ ਲਾਇਆ, ਇੱਕ ਹਫ਼ਤੇ ਵਿੱਚ ਸਾਰਾ ਪੰਜਾਬ ਕਿਸਾਨੀ ਦੀਆਂ ਖੁਦਕੁਸ਼ੀਆਂ ਤੋਂ ਹੱਟ ਕੇ ਨਸ਼ੇ ਨਾਲ ਟੀਕਿਆਂ ਨਾਲ ਮਰਨ ਵਾਲਿਆਂ 'ਤੇ ਪਹੁੰਚ ਗਏ। ਕੋਈ ਇਹੋ ਜਿਹਾ ਨਸ਼ਾ ਨਹੀਂ ਜਿਹੜਾ ਬੰਦੇ ਨੂੰ ਉਦੋਂ ਹੀ ਮਾਰ ਦੇ, ਨਸ਼ੇ ਮਾੜੇ ਆ, ਨਹੀਂ ਹੋਣੇ ਚਾਹੀਦੇ, ਪਰ ਕੋਈ ਇਹੋ ਜਿਹਾ ਨਸ਼ਾ ਨਹੀਂ ਕਿ ਸਰੇਂਜੀ ਨਾ ਨਿਕਲੇ। ਇਹ ਏਜੰਡਾ ਬਦਲਣ ਲਈ ਸੀ ਹਾਕਮਾਂ ਦੀ ਧਿਰ ਵੱਲੋਂ ਕਿ ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨ ਦੀ ਗੱਲ, ਜੇ ਗਾਹ ਨਹਿਰ ਬਣ ਗਈ ਇਹਦੀ ਥਾਂ ਏਜੰਡਾ ਬਦਲ ਦਿਓ, ਨਸ਼ਿਆਂ ਵਿਰੁੱਧ ਕਾਲਾ ਹਫ਼ਤਾ ਬਣਾ ਲਓ, ਚਿੱਟੇ ਵਿਰੁੱਧ, ਇਹ ਸਾਰੀਆਂ ਗੱਲਾਂ ਏਜੰਡਾ ਬਦਲ ਦਿੰਦੀਆਂ। ਸੋ ਇਹਨਾਂ ਵੀਰਾਂ ਨੇ ਜਿਹਨਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ, ਜਿਹਨਾਂ 'ਚੋਂ ਸਾਥੀ ਦਰਸ਼ਨ ਸਿੰਘ ਉਹ ਹੈ ਜਿਹਨਾਂ ਨੇ ਇਸ ਕੰਮ ਲਈ ਥਾਪੜਾ ਦੇ ਕੇ ਗੋਰਿਆ, ਮੈਂ ਉਹਨਾਂ ਵਿੱਚੋਂ ਜਿਹੜੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਇਹਨਾਂ ਦੇ ਨਾਲ ਮੋਢਾ ਲਾ ਕੇ ਕੰਮ ਤੋਰ ਰਹੀ ਹੈ। ਸੋ ਮੈਨੂੰ ਇਸ ਗੱਲ ਦਾ ਕਿ ਜਿਵੇਂ ਪਰਿਵਾਰ ਨੂੰ ਦੁੱਖ ਹੈ, ਜਿਵੇਂ ਰੋਡਵੇਜ਼ ਨੂੰ, ਜਿਵੇਂ ਸਾਥੀਆਂ ਨੂੰ, ਮੈਂ ਵੀ ਇਸ ਪ੍ਰਕਾਰ ਦਾ ਆਉਂਦਾ, ਮੈਨੂੰ ਵੀ ਓਨਾ ਹੀ ਦੁੱਖ ਹੈ, ਬਲਕਿ ਉਦੋਂ ਵੱਧ ਹੈ ਕਿ ਅਸੀਂ ਸਾਥੀ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ, ਪਰਿਵਾਰ ਨੇ ਬੜੀ ਮਿਹਨਤ ਵੀ ਕੀਤੀ, ਸੇਵਾ ਵੀ ਕੀਤੀ,
पर वो असी काम पूरा नहीं कर सके, उन्होंने उम्र लंबी नहीं कर सके, ये सानू दुख है जो रड़ लगा। मैं आखिरी गल कह के क्योंकि आ गल मेरी शायद कहीं दर्शन सिंह पूरी के समागम से किसी ने आ गल कही सी, मेरी आखिरी गल है उन्होंने श्रद्धांजलि के तौर पर। अज रौला कहता कि पंजाब में पानी मुक गया, कोई कहता झोना लाना बंद कर दो, कोई कहता दूजी चीज लै आओ, सैकटरी साहब खड़े हो गए हैं, माफी चाहना पर गल मैं पूरी कर लैन दो, क्योंकि दर्शन सिंह राणी जो होंगे तो उन्होंने यही बोलना सी, मैं कि जो राणे जो आने मैं तो करके कहना चाहना की है कि पानी सचमुच मुक गया। जे पंजाब दरियावान की धरती पंज आव पंज पानिया से पानी मुक गया तो दुनिया का की होगा, दूजे सूबे रेलगा मुके लैदे हो गए सुप्रीम कोर्ट करते मैं इतने कोई इतराज नहीं आता सब करते हैं, पर एक तो वही गल कि असी पानी सामभण का काम नहीं कर सकते, कि असी सतलुज दरिया झील में नहीं बदल सकते, ये तो साड़ी सरकार ने करना है, उन्होंने चौड़ा कर दौ, उन्होंने 15 फुट पट दौ, उन्होंने 2 किलोमीटर लंबा एक जिन कह के झील बना के एक फर्रा छा दौ फर्श ला दौ, क्योंकि बैठो तो वही रहेगा, आप झील मर गई इतों की अगली चला जाएगा, एक 240 किलोमीटर लंबा दरिया है, 50 झील 2-2 किलोमीटर दिया बना के 100 किलोमीटर की झील बन जाएगी, इन्ना पानी जमा हो जाएगा जरा धरती रीचार्ज करने काम कहते हैं कि पानी धरती देने का काम हो जाएगा, असं बच जावे, ये काम नहीं हो रहा, नहीं हो रहा, उल्टा कह रहे हैं लगभग 150 ब्लाक है आगे 125 ब्लाक है जरा वो डार्क जोन बन गया, वो उठे पानी है ही नहीं, तीजी तह चो कट लिया, जे ये पानी इस तरह निकलता रहा तो फिर आप सोच लीए आप अपना बनना की। मैं कहना चाहना कि बनाया जा सकता है, उन्हें नौजवान मुंडे कुड़ियों ने जिन्होंने दर्शन जीत खुरा ने थापड़ा देकर टोरिया, उन्होंने जाके हरी के पत्तन को कहा आ जी मैं गल कही है आ मेहनत लैके टोरेना, हम 12 तरीक न 4 कैंटर लैके लोगों जलाने का काम करने वास्ते निकलेंगे, जे आप ना उठे फिर यह कहना झोना बदलना या दूजा पानी बचाया जा सकता, वो मछली पाली जा सकती है, वो ठंडे की पाइप नाप के जाके 10 किलोमीटर से कट लो, सर्वे कहता 5 फुट का दबाव होगा, बिना बिजली तो खारा नहीं पानी लाया जा सकता, तो गड़खा का पानी शुद्ध पानी होता है, तो पंजाब बचाया जा सकता है। मैं कहना अज दर्शन सिंह असं क्यों कहने कि सानू घाटा है, जो साडे तक होंगे वो इस गल बोलन वाले होंगे, मैं उन्होंने घाट में उन्होंने की मौत न पे घाटे एहसास करते हैं, 2 मिनट थोड़े वध रह गए भावें बोलना पहला मैं क्या सी नहीं, मैं चाहना कि उन्होंने सच्ची श्रद्धांजलि यही होगी कि गुरबाणी में मत्था टेकते हैं ना चिंता काम की कीजिए जे अणहोनी होई, ये अणहोनी है ये अणहोनी रोकनी पेगी, ये दुख की गल यह है पंजाब का मुख्यमंत्री बाहरियों यही दरिया पटे के देने वास्ते गलों बातों शुरू कर रहे हैं, जे पटे के देता पंजाब बर्बाद हो जाएगा, इन्हों झोलियां भर सकियां, ये खुद पंजाब का रहे पंजाब पानी बचाए ये गल कभी तुरया जाए। मैं समझना इन्होंने शब्दों मैं अपने वे वीर दर्शन पूरी जी को श्रद्धा के फोर भेंट करना कि परिवार के दुख में अपनी हाजरी होना काम बड़ा धन्यवाद कमल जी मुंजी का। मैं बेनती करा लास्ट के मास्टर पूर्ण सिंह दूर दराडे तो आई संगत का धन्यवाद करके, मैं बेनती कर दिया कमल दर्शन सिंह जी बारे जो भी जीवनी बड़ी तकड़ी है उसके बारे उन्होंने जो संघर्ष करे धारणा धार्मिक उन्हों का जिक्र करना तो बहुत असंभव है, पर थोड़ा बहुत उन्हें कर सके नवे जमाने के लेख पिछले पास कोशिश की लिखा वो बार
ਸਾਥੀਆਂ ਤੋਂ ਕੋਲ ਜ਼ਰੂਰ ਸਾਥੀ ਲੈ ਕੇ ਜਾਂ ਦਰਸ਼ਨ ਸਿੰਘ ਦਾ ਦੇਖ ਹੈ ਪਿਛਲੇ ਪਾਸੇ ਉਹਨਾਂ ਬੇਨਤੀ ਕਰਾਂ ਸਰਦਾਰ ਪੂਰਨ ਸਿੰਘ ਕਿਉਂਕਿ ਪਰਿਵਾਰ ਦਾ ਜਿਸ ਤਰ੍ਹਾਂ ਲੰਬਾ ਸਮਾਂ ਸਾਥੀ ਲੜਾਈ ਦੇ ਨਾਲ ਜੂਝਿਆ ਔਰ ਇਸ ਤਰ੍ਹਾਂ ਦਾ ਵੀ ਜ਼ਿਕਰ ਨਹੀਂ ਆਇਆ ਮੈਂ ਜਿਹੜੀ ਗੱਲ ਮੇਰੇ ਤੋਂ ਵੀ ਰਹਿ ਗਈ ਅੱਜ ਧੀਆਂ ਨੂੰ ਪੱਖ ਦੇ ਵਿੱਚ ਕਦਰ ਕਰਾਉਣ ਵਾਲੀਆਂ ਗੱਲਾਂ ਹੋ ਰਹੀਆਂ ਕੀਤੀਆਂ ਜਾ ਰਹੀਆਂ ਪਰ ਅੱਜ ਜਿਹੜਾ ਇਸ ਦੁੱਖੀ ਘੜੀ ਦੇ ਵਿੱਚ ਸਾਥ ਦਿੱਤਾ ਕਿਉਂਕਿ ਲੜਕਾ ਬਾਹਰ ਆਦਮੀ ਕੀ ਵਾਰ ਲੜਕਾ ਬਾਹਰ ਹੋਇਆ ਲਗਾਤਾਰ ਰਹਿ ਨਹੀਂ ਸਕਦਾ ਇੱਥੇ ਕੋਈ ਡਿਊਟੀ ਆ ਕੇ ਅੰਦਰ ਕਾਰੋਬਾਰ ਪਰ ਜਿੰਨੀ ਸੇਵਾ ਕਰ ਗਈ ਜਿਹਦੇ ਕਾਬਲ ਤਰਜੀਹ ਭੁਗਤੇ ਨੇ ਕੀਤੀ ਹੈ ਲੰਬੇ ਸਮੇਂ ਤੋਂ ਨਹੀਂ ਉਹ ਕਰ ਸਕਦਾ ਬਾਬਾ ਨਾ ਇਸ ਪਾਸੇ ਜਦੋਂ ਮੈਂ ਸਾਥੀ ਪੂਰਨ ਸਿੰਘ ਨੂੰ ਬੇਨਤੀ ਕਰਦਾ ਬਹੁਤ ਦੀ ਗੱਲ ਕਰੀ ਸਾਥੀ ਪੂਰਨ ਸਿੰਘ ਸਾਹਿਬ ਜੀ ਦੀ ਪਵਿੱਤਰ ਗੁਰਮਤਿ ਬੈਠੀ ਪਿਆਰੀ ਸਾਧ ਸੰਗਤ ਦੀ ਫਤਿਹ ਅਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਕਿਹਾ ਜੀ ਲਿਖਿਆ ਕਿਹਾ ਹੁਕਮ ਘੁਮਾਏ ਇਕੱਲੇ ਆਵੇ ਨਾਨਕਾ ਸਦੇ ਉੱਠ ਜਾਏ ਜੋ ਵੀ ਇਹ ਸੰਸਾਰ ਵਿੱਚ ਪੈਦਾ ਹੋਇਆ ਉਹਨੇ ਆਖਰ ਕਿਸ ਨਾ ਕਿਸ ਦਿਨ ਚਲੇ ਜਾਣਾ ਹੈ ਜਿਸ ਦਿਨ ਵੀ ਆਪਾਂ ਜਨਮ ਲੈਂਦੇ ਹਾਂ ਉਸ ਦਿਨ ਵੀ ਇਹ ਅੱਖਰ ਲਿਖੇ ਜਾਂਦੇ ਆ ਗੁਰੀ ਕਲਾਮ ਸ਼ਬਦ ਆਉਂਦਾ ਸਾਡੀ ਗੁਰਬਾਣੀ ਵਿੱਚ ਉਸ ਦਿਨ ਇਹ ਲਿਖੇ ਜਾਂਦੇ ਆ ਸ਼ਬਦ ਵੀ ਇਸ ਸਮੇਂ ਇਸ ਥਾਂ 'ਤੇ ਸੰਸਾਰ ਨੇ ਚਲੇ ਜਾਣਾ ਅੱਜ ਆਪਾਂ ਮੇਰੇ ਵੱਡੇ ਵੀਰ ਦਰਸ਼ਨ ਸਿੰਘ ਨੂੰ ਤੁਸੀਂ ਸਾਰੇ ਸਾਡੇ ਵੱਡੇ ਵੀਰ ਸਾਰੇ ਪੰਜਾਬ ਤੋਂ ਆਏ ਆ ਸਾਰੇ ਸਕੂਲਾਂ ਵਾਲੇ ਸਾਰੇ ਸਾਡੇ ਰਿਸ਼ਤੇਦਾਰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਆ ਤੁਹਾਨੂੰ ਸਾਰਿਆਂ ਨੂੰ ਭਲੀ ਬਾਤ ਪਤਾ ਹੈ ਵੀ ਦਰਸ਼ਨ ਸਿੰਘ ਨੇ ਜਿਹੜੀ ਸਾਰੀ ਉਮਰ 'ਚ ਕਮਾਈ ਕਰੀ ਹੈ ਉਹ ਅੱਜ ਤੁਸੀਂ ਬੈਠੇ ਆ ਸਾਰੇ ਜਾਣੇ ਜਿਹਨਾਂ ਦੀ ਖਾਤਰ ਮੇਰਾ ਵੀਰ ਲੜਦਾ ਰਿਹਾ ਸਾਨੂੰ ਬਥੇਰਾ ਖਾਇਆ ਧਮਕਾਇਆ ਗਿਆ ਵੀ ਤੁਹਾਨੂੰ ਚੱਕ ਕੇ ਲੈ ਜਾਵਾਂਗੇ ਐਂ ਕਰ ਦਿਆਂਗੇ ਜਿਉਂ ਕਰ ਦਿਆਂਗੇ ਪਰ ਅਸੀਂ ਉਸ ਵੀਰ ਦੀ ਸੋਚ 'ਤੇ ਦਿੰਦੇ ਹੀ ਰਵਾਂਗੇ ਉਸਦਾ ਛੋਟਾ ਬੱਚਾ ਜਿਹੜਾ ਹਰਮਨਦੀਪ ਹੈ ਆਪ ਵੇਲੀਆ ਉੱਥੇ ਸਾਰੀ ਦੁਨੀਆ ਪੈਸੇ ਕਮਾਉਣ ਜਾਂਦੀ ਹੈ ਰੀਸੋ ਰੀਸ ਭੱਜੇ ਜਾਂਦੇ ਆ ਆਪਾਂ ਜਦੋਂ ਪਲੱਸ ਟੂ ਵਿਦਿਆਰਥੀ ਕਰ ਲੈਂਦਾ ਵੀ ਇਨਵਾਈਟ ਕਰਾਓ ਜੀ ਫਟਾਫਟ ਉੱਥੇ ਬਾਹਰ ਭੇਜੀਏ ਉੱਥੇ ਪੈਸੇ ਕਮਾਏ ਨਹੀਂ ਜਾਂਦੇ ਉੱਥੇ ਨਾਲ ਦੀ ਨਾਲ ਲੋਕਾਂ ਦਾ ਪਿਆਰ ਜਿਵੇਂ ਦਰਸ਼ਨ ਟੂਟੀ ਨੇ ਕਮਾਇਆ ਆਸਟ੍ਰੇਲੀਆ ਵਿੱਚ ਵੀ ਉਵੇਂ ਹੀ ਉਹਦਾ ਛੋਟਾ ਬੇਟਾ ਕਮਾ ਰਿਹਾ ਦਾਸ ਨੇ ਵੀ ਪੂਰੀ ਕੋਸ਼ਿਸ਼ ਕਰੀ ਹੈ ਆਪਦੇ ਮਹਿਕਮੇ ਵਿੱਚ ਵੀ ਮੇਰੇ ਵੀਰ ਨੂੰ ਕੋਈ ਦਾਗ ਨਾ ਲੱਗ ਜਾਵੇ ਕੋਈ ਐਂ ਨਾ ਕਹਿ ਜਾਵੇ ਵੀ ਦਰਸ਼ਨ ਟੂਟੀ ਦਾ ਭਾਈ ਐਂ ਪੈਸੇ ਲੈਂਦਾ ਸੀ ਜਾਂ ਐਂ ਕੰਮ ਕਰਦਾ ਸੀ ਸਾਡੀ ਪੂਰੀ ਕੋਸ਼ਿਸ਼ ਰਹੀ ਹੈ ਉਸ ਮੇਰੇ ਵੀਰ ਨੇ ਸੰਨ 1988 ਵਿੱਚ ਜਦੋਂ ਸਾਡੇ ਵੱਡੇ ਵੀਰ ਬਾਈ 76 'ਤੇ ਗੋਲੀ ਮਾਰੀ ਹੈ ਸੰਸਕਾਰ ਵੇਲੇ ਇੱਕ ਨਾਰਾ ਦਿੱਤਾ ਸੀ ਨਿਸ਼ੰਕਰ ਤੇਰੀ ਸੋਚ 'ਤੇ ਪਹਿਲਾਂ ਦੇਵਾਂਗੇ ਠੋਕ ਕੇ ਮੇਰੇ ਵੀਰ ਨੇ ਉਹਨੇ ਪਹਿਲਾਂ ਦਿੱਤਾ ਨਛੱਤਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੁਹਾਡੇ ਸਾਹਮਣੇ ਨਿਭਾਉਂਦਾ ਰਿਹਾ ਘਰ ਵੱਲੋਂ ਵੀ ਅਸੀਂ ਉਹਨੂੰ ਕਹਿੰਦੇ ਨਹੀਂ ਸਿੱਖਿਆ ਵੀ ਤੂੰ ਘਰ ਦਾ ਕੰਮ ਕਰ ਲੈ ਨਾ ਉਹਨੇ ਘਰ ਦੇ ਕੰਮ ਵੱਲ ਖਿਆਲ ਵੀ ਕਰਿਆ ਤੁਸੀਂ ਸਾਰੇ ਜਾਣਦੇ ਆ ਅਤੇ ਬਹੁਤ ਤੁਸੀਂ ਸਾਰਿਆਂ ਨੇ ਪਿਆਰ ਦਿੱਤਾ ਅੱਜ ਤੁਸੀਂ ਸਾਰੇ ਆਪਣੇ ਕੀਮਤੀ ਸਮੇਂ ਤੋਂ ਕੀ ਸਮਾਂ ਕੱਢ ਕੇ ਇੱਥੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਆਏ ਆ ਸਾਡੇ ਪਰਿਵਾਰ ਵੱਲੋਂ ਇਹ ਧੰਨਵਾਦ ਤੁਹਾਡਾ ਟੋਟਲ ਟੋਟਲ ਜਿਹਨਾਂ ਨੇ ਕੀਮਤੀ ਸਮਾਂ ਕੱਢਿਆ ਸਾਰੇ ਨਗਰ ਵਾਸੀਆਂ ਦਾ ਮੁਲਾਜ਼ਮਾਂ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਟੋਟਲ ਟੋਟਲ ਧੰਨਵਾਦ ਕੀਤਾ ਜਾਂਦਾ ਹਾਂਜੀ ਅਤੇ ਮੈਂ ਇੱਕ ਜ਼ਿਕਰ ਕਰੂੰਗਾ ਜੀ ਦੋ ਸਾਡੇ ਸਾਥੀ ਆ ਜਿਹਨਾਂ ਨੇ ਸਾਡੇ ਦਰਸ਼ਨ ਲਈ ਦਾ ਸੰਘਰਸ਼ ਲੜਿਆ ਡੇਢ ਪੌਣੇ ਦੋ ਸਾਲ ਦੀ ਉਹਦੇ ਵਿੱਚ ਸਾਥ ਦਿੱਤਾ ਸਾਡਾ ਸਾਡੇ ਇੱਕ ਪਿੰਡ ਦਾ ਇੱਕ ਅਕਬਰ ਦੀਨ ਮੁੰਡਾ ਜੀ ਅਕਬਰ ਦਵਾਈਆਂ ਦਾ ਕੰਮ ਕਰਦਾ ਡਾਕਟਰ ਆ ਉਹ ਉਸ ਮੇਰੇ ਬੇਟੇ ਨੇ ਇੰਨਾ ਸਾਡਾ ਸਾਥ ਦਿੱਤਾ ਨਾ ਜਦੋਂ ਫੋਨ ਕਟਵਾਉਣਾ ਅਕਬਰ ਅਕਬਰ ਸਮੇਤ ਗੱਡੀ ਹਾਜ਼ਰ ਲੈ ਕੇ ਉਸ ਵੇਲੇ ਹੁੰਦਾ ਸੀ
ਸੋਚਿਆ, ਅਸੀਂ ਉਹਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਪ੍ਰਿੰਸੀਪਲ ਖਾਲਸਾ ਸਕੂਲ ਸਰਦਾਰ ਪੂਰਨ ਸਿੰਘ ਜੀ ਆ, ਉਹਨਾਂ ਦੇ ਦਿਮਾਗ ਸਰਦਾਰ ਦਵਿੰਦਰ ਸਿੰਘ ਜੀ ਸਿੱਧੂ ਡਾਕਟਰ, ਇਹ ਸਾਰਿਆਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਇਹ ਦੋ ਤਿੰਨ ਸਾਲਾਂ ਵਿੱਚ। ਜਿਸ ਤਰ੍ਹਾਂ ਉਹਨਾਂ ਨੇ ਤੁਹਾਡੀ ਖਾਤਰ ਜਾਂ ਮੁਲਾਜ਼ਮਾਂ ਦੀ ਖਾਤਰ ਸੰਘਰਸ਼ ਲੜਿਆ, ਉਹਨੇ ਮੈਂ ਜ਼ਿੰਦਗੀ ਨਾਲ ਵੀ ਆਪਦਾ ਸੰਘਰਸ਼ ਲੜਿਆ। ਡੇਢ ਪੌਣੇ ਦੋ ਸਾਲ ਇੰਨਾ ਲੰਮਾ ਸੰਘਰਸ਼ ਲੜਨਾ, ਇਹ ਵੀ ਗੱਲ ਮਾਹਣੇ ਲੱਗਦੀ ਹੈ। ਅਤੇ ਅਖੀਰ ਵਿੱਚ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਸਾਰਿਆਂ ਨੂੰ ਵੀ ਸਾਰਿਆਂ ਨੇ ਪ੍ਰਸ਼ਾਦਾ ਚਾਹ ਪਾਣੀ ਛੱਕ ਕੇ ਜਾਣਾ, ਕਿਉਂਕਿ ਜਿਹੜਾ ਪ੍ਰਸ਼ਾਦਾ ਚਾਹ ਪਾਣੀ ਬਣਿਆ ਜੀ ਉਹ ਖਰਾਬ ਨਾ ਜਾਵੇ। ਅਤੇ ਸਾਡੇ ਪਰਿਵਾਰ ਵੱਲੋਂ ਇਸ ਗੁਰਦੁਆਰਾ ਸਾਹਿਬ ਨੂੰ 10,000 ਰੁਪਈਆ ਦੀ ਸੇਵਾ ਜੋੜੀਆਂ ਲੱਗਣ ਵਾਲੀਆਂ ਰਹਿੰਦੀਆਂ, ਸਾਡੇ ਹਾਲ ਵਿੱਚ ਸੇਵਾ ਕੀਤੀ ਹੈ ਜੀ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦਾ, ਉੱਥੇ ਵੀ ਕੁਝ ਪੱਖੇ ਲੱਗਣ ਵਾਲੇ ਰਹਿੰਦੇ ਆ ਕਮਰਿਆਂ 'ਚ, ਪੱਖਿਆਂ ਵਾਸਤੇ ਵੀ 10,000 ਰੁਪਈਆ ਦੀ ਸੇਵਾ ਕੀਤੀ ਹੈ ਜੀ। ਇਹ ਸਾਰਾ ਕੁਝ ਦਰਸ਼ਨ ਸਿੰਘ ਟੂਣੀ ਦੀ ਯਾਦ ਵਿੱਚ ਹੀ ਹੈ। ਮੈਂ ਬਹੁਤੀਆਂ ਸਮਾਂ ਨਾ ਲਵਾਂ, ਕਿਉਂਕਿ ਸਮਾਂ ਅੱਗੇ ਹੀ ਉਮਰ ਹੋ ਚੁੱਕਾ। ਅਤੇ ਦੁਬਾਰਾ ਫਿਰ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ 'ਤੇ ਪੋਰਟਲ ਪੋਰਟਲ ਧੰਨਵਾਦ ਕੀਤਾ ਜਾਂਦਾ ਸਾਡੇ ਪਰਿਵਾਰ ਵੱਲੋਂ। ਅਤੇ ਦੁਬਾਰਾ ਫਿਰ ਇਹ ਬੇਨਤੀ ਹੈ ਵੀ ਸਾਰੇ ਲੰਗਰ ਹਾਲ ਵਿੱਚ ਇੱਕ ਵਾਰੀ ਸ਼ੁਰੂ ਹੋ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।